समय तो गुरबाणी विचार सुन रहे सी। सारे ही आप अरदास करिए गुरु साहब कृपा करन अपने गुरु महाराज की कथा बड़े ध्यान नाल जिवें सिख नूं सुननी चाहीदी है। किसी निजी रिश्तेदार की कोई गल हो बड़े ध्यान न सुन दे। कोई देश विदेश कोई फौज विच होवे लड़ाई लगी होवे बड़ी ध्यान न सुन दे। कुछ संबंधी है माड़ा मोटा सदीवी तो नहीं है। जिस गुरु महाराज नाल सदीवी संबंध है श्री छड जाण तो बाद भी तो गुरु महाराज के जीवन में बड़े बड़े योजे बचन आते ने जिदे नाल सह सवाए मुक्ति होंगी। गुरु गोबिंद सिंह महाराज जी दसवीं पातशाही जिन्हां ने यह सारियां अरदासां एक थां ते कर दित्तियां। गुरु नानक जी दे समें गुरु नानक जी का नाम लै के अरदास फिर गुरु अंगद साहब दे समें कुछ शब्द नाल बोलने गुरु अमरदास महाराज दे समें नाल शब्द बोलने प्रमाण देने अरदास इसी तरह चलते चलते गुरु तेग बहादुर महाराज तक
ਉਹ ਸ਼ਬਦ ਕਈ ਕੀ ਲਿਖੇ ਹੋਏ ਨੇ ਵੀ ਆਇਆ ਬੋਲਦੇ ਹੁੰਦੇ ਸੀ, ਹੁਣ ਤਾਂ ਕੋਈ ਬੋਲਦਾ ਹੀ ਨਹੀਂ, ਭੁੱਲ ਗਈ ਦੁਨੀਆ। ਸੋ ਇਹ ਮਹਾਰਾਜ ਨੇ ਗੁਰੂ ਸਾਹਿਬਾਂ ਦੇ ਨਾਂ ਐਂ ਲੜੀ ਵਾਰ ਉਹਦੇ ਵਿੱਚ ਬਚਨ ਆਉਂਦਾ ਹੈ, ਸਿਮਰੋ ਸ੍ਰੀ ਹਰਿ ਰਾਇ ਸਤਵੀਂ ਪਾਤਸ਼ਾਹੀ। ਤੋ ਇਹਨਾਂ ਦੇ ਪਿਤਾ ਜੀ ਬਾਬਾ ਗੁਰਦਿੱਤਾ, ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀਆਂ ਦੇ ਪਾਸ ਬਾਬਾ ਸ੍ਰੀ ਚੰਦ ਜੀ ਆਏ, ਕਹਿਣ ਲੱਗੇ ਗੁਰੂ ਸਾਹਿਬ ਤੁਹਾਡੇ ਸਾਹਿਬਜ਼ਾਦੇ ਹਨ ਗੁਰਦਿੱਤਾ ਜੀ, ਸੂਰਜਮਲ, ਅਣੀ ਰਾਏ, ਤੇਗ ਬਹਾਦਰ, ਟਲ ਸੀ ਨਵੇਂ ਮਹਾਰਾਜ ਜੀ ਉਦੋਂ ਛੋਟੇ ਜਿਹੇ ਸਨ। ਤੇ ਇਹਨਾਂ ਪੰਜਾਂ ਵਿੱਚੋਂ ਇੱਕ ਦੇ ਦਿਉ। ਗੁਰੂ ਜੀ ਕਹਿੰਦੇ ਬਾਬਾ ਜੀ ਸਾਰੇ ਲੈ ਲਓ, ਤੁਹਾਡੇ ਹੀ ਨਹੀਂ ਕਹਿੰਦੇ ਇੱਕ ਦੱਸੋ। ਫਿਰ ਜੋ ਨੇੜੇ ਬੈਠੇ ਸੀ ਬਾਬਾ ਗੁਰਦਿੱਤਾ ਜੀ ਕਹਿੰਦੇ ਆਹ ਦੇ ਦਿਉ। ਅੱਛਾ ਕਹਿੰਦੇ ਠੀਕ ਹੈ, ਇਹ ਤੁਹਾਨੂੰ ਦਿੱਤਾ। ਸੋ ਇਸ ਉਹਨਾਂ ਨੇ ਕਿਹਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜਿੰਨੇ ਜੋ ਮੰਗਿਆ ਸੋ ਦਿੱਤਾ। ਦੇਖੋ ਪਹਿਲਾ ਬਰਾਤ ਗੁਰੂ ਨਾਨਕ ਜੀ ਦੀ ਬਟਾਲੇ ਗਈ, ਫਿਰ ਮਹਾਰਾਜ ਲਕਸ਼ਮੀ ਦਾਸ ਇਹਨਾਂ ਦੀ ਵੀ ਬਰਾਤ ਬਟਾਲੇ ਗਈ, ਬਾਬਾ ਗੁਰਦਿੱਤਾ ਜੀ ਦੀ ਬਰਾਤ ਵੀ ਬਟਾਲੇ ਗਈ। ਉਦੋਂ ਮਾਈਆਂ ਬੀਬੀਆਂ ਨਹੀਂ ਸੀ ਜਾਂਦੀਆਂ ਹੁੰਦੀਆਂ, ਆ ਹੁਣੇ ਬਣੇ ਨਿਰਵਾਸ। ਤੋ ਇਹਨਾਂ ਦੇ ਬਾਬਾ ਗੁਰਦਿੱਤਾ ਜੀ ਦੇ ਦੋ ਸਪੁੱਤਰ ਸਨ। ਜਦੋਂ ਧੀਰਮਲ ਦਾ ਜਨਮ ਹੋਇਆ, ਬੇਨਤੀ ਕੀਤੀ ਗੁਰੂ ਹਰਗੋਬਿੰਦ ਮਹਾਰਾਜ, ਮਹਾਰਾਜ ਨਾ ਰੱਖ ਦਿਉ, ਕਾਕੇ ਦਾ ਤੁਹਾਡੇ ਪੁੱਤਰ ਆਇਆ ਹੈ, ਨਾ ਰੱਖ ਦਿਉ। ਗੁਰੂ ਜੀ ਕਹਿੰਦੇ ਅੱਛਾ, ਇਹ ਪ੍ਰਿਥਿਆ ਜੀ ਦੀ ਰੂਹ ਆਤਮਾ ਫਿਰ ਆ ਗਈ, ਇਸਦਾ ਨਾਂ ਤੀਰਮਲ ਰੱਖ ਦਿੰਦੇ ਹਾਂ, ਸ਼ਾਇਦ ਐਤਕਾਂ ਕੁਛ ਤੀਰਜ ਰੱਖੇ। ਗੁਰੂ ਕਰਨ ਵਾਲੀ ਈਰਖਾ ਕਰਦਾ ਸੀ ਇਹਦੇ ਮਨ ਵਿੱਚ ਸੀ। ਅੱਛਾ ਕਹਿੰਦੇ ਕੋਈ ਗੱਲ ਨਹੀਂ। ਤਾਂ ਫਿਰ ਛੋਟੇ ਛੋਟਾ ਕਰਨਾ ਜਾਣੀਏ, ਜੇ ਗੁਣਵੰਤਾ ਤਾਂ ਗੁਰੂ ਸਾਹਿਬ ਨੇ ਇਹਨਾਂ ਦਾ ਨਾਂ ਹਰ ਰਾਏ ਜੀ ਰੱਖ ਦਿੱਤਾ। ਹਰ ਨਾਮ ਹਰੀ ਦਾ ਵੀ ਹੈ, ਹਰ ਦੇ ਕਈ ਅਰਥ ਨੇ, ਹਰ ਬੋਲਿਆ, ਹਰ ਸੁਣ ਲਿਆ, ਹਰ ਆਇਆ ਹਰ ਕੇ ਪਾਸ, ਹਰ ਤੋਂ ਹਰ ਮੈਂ ਮਿਲ ਗਿਆ, ਹਰ ਉੱਠ ਚੱਲਿਆ ਨਰਾਸ਼। ਹਰ ਬੋਲਿਆ ਹਰ ਡੱਡੂ ਨੂੰ ਵੀ ਕਹਿੰਦੇ ਨੇ, ਹਰ ਸੁਣ ਲਿਆ ਸੱਪ ਨੂੰ ਵੀ ਹਰ ਕਹਿੰਦੇ ਨੇ, ਹਰ ਆਇਆ ਹਰ ਕੇ ਪਾਸ, ਸੱਪ ਡੱਡੂ ਕੋਲ ਆਇਆ, ਹਰ ਤੋਂ ਹਰ ਮੈਂ ਮਿਲ ਗਿਆ, ਡੱਡੂ ਨੇ ਛਾਲ ਮਾਰ ਦਿੱਤੀ, ਹਰ ਪਾਣੀ ਨੂੰ ਵੀ ਕਹਿੰਦੇ ਨੇ, ਹਰ ਉੱਠ ਚੱਲਿਆ ਨਿਰਾਸ਼, ਸੱਪ ਨਿਰਾਸ਼ ਹੋ ਕੇ ਚਲਾ ਗਿਆ। ਤੂੰ ਹਰ ਵਿਸਰਤ ਸਦਾ ਖੁਆਰੀ ਰੱਬ ਨੂੰ ਵੀ ਕਹਿੰਦੇ ਨੇ, ਹਰ ਦੇ ਨਾਮ ਸੈਂਕੜੇ ਹੀ ਹਨ, 15, 16, 20। ਤਾਂ ਆਮ ਹੀ ਸਾਡੇ ਦੇਸ਼ ਦੇ ਵਿਦਵਾਨਾਂ ਨੇ ਲਿਖੀਆਂ ਨੇ, ਪਾਣੀ ਦੇ ਕਈ ਨਾਂ ਹਨ। ਤੋ ਇੱਥੇ ਹਰ ਦਾ ਮਤਲਬ ਈਸ਼ਵਰ ਪਰਮੇਸ਼ਰ, ਹਰ ਰਾਏ ਸਾਹਿਬ ਇਹ ਰੱਖ ਦਿੱਤਾ। ਸਾਹਿਬ ਤਾਂ ਆਪਾਂ ਜਾਣਦੇ ਹੀ ਹਾਂ, ਪਰਮੇਸ਼ਰ ਨੂੰ ਕਹਿ ਦਿੰਦੇ ਨੇ ਰੱਬ ਨੂੰ, ਵਾਹਿਗੁਰੂ। ਤਾਂ ਇਹ ਛੋਟੀ ਉਮਰ ਵਿੱਚ ਹੀ ਬੜੇ ਸਿਆਣੇ, ਸਮਝਦਾਰ, ਸੁਭਾਅ ਬੜਾ ਭੋਲਾ, ਬੜਾ ਪ੍ਰੇਮ ਰੱਖਦੇ ਨੇ ਦਾਦਾ ਜੀ ਨਾਲ, ਉਹਨਾਂ ਦਾ ਵੀ ਬੜਾ ਪਿਆਰ ਹੈ ਗੁਰੂ ਹਰਗੋਬਿੰਦ ਮਹਾਰਾਜ ਦਾ। ਜਦੋਂ ਵੀ ਇੱਧਰ ਉੱਧਰ ਘੁੰਮਦੇ ਫਿਰਦੇ ਬੈਠਦੇ, ਕੋਲ ਬਿਠਾ ਲੈਣਾ ਬਚਨ ਬਲਾਸ, ਹੁੰਦੇ ਰਹਿੰਦੇ ਨੇ, ਉਹ ਸੁਣਦੇ ਹੀ ਰਹਿੰਦੇ ਨੇ। ਤਾਂ ਇਸ ਕਰਕੇ ਵੱਡੇ ਜਿਹੜੇ ਸੀ ਬਾਬਾ ਤੀਰਮਲ,
ਲੈ ਮੈਂ ਵੱਡਾ ਮੇਰੇ ਨਾਲ ਇੰਨਾ ਪ੍ਰੇਮ ਨਹੀਂ। ਪ੍ਰੇਮ ਦੋ ਪਾਸੇ ਹੁੰਦਾ, ਇੱਕ ਪਾਸੇ ਕਰੀ ਜਾਵੇ ਇਸ ਤਰ੍ਹਾਂ ਜਿਵੇਂ ਚੰਦ ਦਾ ਚਕੋਰ ਦਾ ਚੰਦਰਮਾ ਨਾਲ, ਚੰਦਰਮਾ ਨੂੰ ਕੋਈ ਚਕਵੀ ਦਾ ਸੂਰਜ ਨਾਲ, ਸੂਰਜ ਨਹੀਂ ਰੁਕਦਾ ਇੱਕ ਤਰਫਾ। ਤੋ ਜੇ ਸਿੱਖ ਦਾ ਹੈ ਤਾਂ ਗੁਰੂ ਦਾ ਵੀ ਹੈ, ਇਹ ਦੂਣਾ ਹੋ ਗਿਆ। ਪਰ ਅੰਦਰੋਂ ਗੁਰੂ ਨਾਲ ਤਾਂ ਪਿਆਰ ਨਹੀਂ ਹੈ ਬਾਬਾ ਤੀਰ ਮੱਲ ਦਾ, ਇਹ ਨਹੀਂ ਪ੍ਰੇਮ ਕਰਦੇ। ਉਹ ਤਰੰਗਾਂ ਆਪਣੀਆਂ ਹੀ ਹੁੰਦੀਆਂ ਨੇ, ਲੈ ਛੋਟਾ ਹੈ ਇਹਦੇ ਨਾਲ ਐ ਰੱਖਦੇ ਨੇ। ਐ ਸਮਾਇਆ ਯੂਪੀ ਵਿੱਚ ਅਮਰਾਦਾਬਾਦੋਂ ਬੁਲੰਦ ਸ਼ਹਿਰ ਨੂੰ ਜਾਈਏ, ਇੱਥੋਂ ਦਾ ਇੱਕ ਰਾਜਾ ਰਾਮ ਸਿੰਘ ਹੋਇਆ, ਇਸ ਦੀਆਂ ਕੰਨਿਆ ਇਹ ਕੀਰਤਪੁਰ ਸਾਹਿਬ ਗੁਰੂ ਸਾਹਿਬ ਕੋਲ ਗਿਆ, ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ, ਆਪ ਜੀ ਦਾ ਪੁੱਤਰ ਹੈ ਅਤੇ ਆਪਣੀਆਂ ਕੰਨਿਆ ਰਿਸ਼ਤਾ ਹੋ ਜਾਏ। ਗੁਰੂ ਜੀ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ, ਹੋ ਗਿਆ ਵਿਆਹ ਵੀ ਹੋ ਗਿਆ। ਤੋ ਉਹ ਆਮ ਇੱਕ ਨਾ ਢਾਡੀ ਮਿਲਿਆ, ਕਹਿੰਦਾ ਮੈਂ ਬੜਾ ਇਤਿਹਾਸ ਜਾਣਨਾ, ਮੈਂ ਸਾਨੂੰ ਤਾਂ ਨਾ ਆਉਂਦਾ ਨਹੀਂ, ਤੁਸੀਂ ਐਂ ਦੱਸੋ ਗੁਰੂ ਨਾਨਕ ਜੀ ਤੋਂ ਲੈ ਕੇ ਮਾਤਾ ਜੀ ਦੇ ਨਾਂ ਦੱਸੋ, ਗੁਰੂ ਕੇ ਮਹਿਲ ਸੱਤਵੀਂ ਪਾਤਸ਼ਾਹੀ ਤੇ ਆ ਕੇ ਚੁੱਪ। ਇਹ ਰਾਜਾ ਰਾਮ ਸਿੰਘ ਦੀਆਂ ਅੱਠ ਕੰਨਿਆ ਸਨ, ਅੱਠ ਸਪੁੱਤਰੀਆਂ ਸਨ, ਗੁਰੂ ਹਰ ਰਾਏ ਸਾਹਿਬ ਵੱਲ ਵਿਆਹੀਆਂ ਹੋਈਆਂ ਸਨ, ਅੰਸਾ ਦੋ ਦੀ ਸੀ। ਤੋ ਜਿਨ੍ਹਾਂ ਦਾ ਨਾਂ ਕਿਸ਼ਨ ਕੁਮਾਰ ਕੌਰ ਕਰਕੇ ਹੈ ਉਹਨਾਂ ਦੇ ਅੱਠਵੇਂ ਮਹਾਰਾਜ ਜੀ, ਅਤੇ ਜਿਨ੍ਹਾਂ ਦੇ ਨਾਂ ਵਿੱਚ ਰਾਮ ਲੱਗਦਾ ਰਾਮ ਕੌਰ ਰਾਮ ਰਾਏ ਜੀ, ਇਹ ਦੋ ਦੀ ਅੰਸਾ। ਉਹ ਕਹਿੰਦੇ ਮੈਨੂੰ ਪੁੱਤਰ ਇਤਿਹਾਸ ਪੜ੍ਹਿਆ ਕਰੋ ਕੋਈ ਗੱਲ ਨਹੀਂ, ਅੰਸਾ ਦੋ ਦੀ ਸੀ। ਸੋਈ ਯੂਪੀ ਵਿੱਚ ਹੈ ਬੁਲੰਦ ਸ਼ਹਿਰ ਦੇ ਨੇੜੇ, ਉੱਥੇ ਗੁਰਦੁਆਰਾ ਸਾਹਿਬ ਵੀ ਹੈ, ਯਾਦਗਾਰ ਵੀ ਹੈ। ਜੇ ਆਪਾਂ ਹੋਰ ਪਿੱਛੇ ਚੱਲੀਏ, ਯੂਪੀ ਵਿੱਚ ਸਭ ਤੋਂ ਪਹਿਲਾਂ ਚਰਨ ਗੁਰੂ ਨਾਨਕ ਜੀ ਦੇ ਪਏ, ਇਸ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਜੀ, ਨਾਨਕ ਮੱਤਾ ਸਾਹਿਬ, ਫਿਰ ਇਹ ਸੱਤਵੀਂ ਪਾਤਸ਼ਾਹੀ ਗੁਰੂ ਸਾਹਿਬ ਦੇ ਚਰਨ ਪਏ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਰਜੂ ਨਦੀ ਦੇ ਕੰਢੇ 48 ਘੰਟੇ ਦੀ ਸਮਾਧੀ ਲਾਈ, ਔਰ ਦਸਵੇਂ ਮਹਾਰਾਜ ਜੀ। ਬਾਕੀ ਗੁਰੂ ਸਾਹਿਬ ਜਿਹੜੇ ਹਨ ਜ਼ਿਆਦਾਤਰ ਪੰਜਾਬ ਜਾਂ ਹੋਰ ਇਲਾਕਿਆਂ ਵਿੱਚ ਬਖਸ਼ਿਸ਼, ਜੋਤ ਇੱਕੋ ਹੀ ਹੈ। ਥੋੜ੍ਹਾ ਜਿਹਾ ਇਤਿਹਾਸ ਸਮਝਣ ਵਾਸਤੇ ਇਹ ਬੇਨਤੀ ਕੀਤੀ ਜਾਂਦੀ ਹੈ। ਤੋ ਇਸ ਤਰ੍ਹਾਂ ਗੁਰੂ ਸਾਹਿਬ ਜੇ ਫੁੱਲਾਂ ਵਿੱਚ ਬੈਠੇ ਨੇ ਹਰਾਜ ਸਾਹਿਬ ਜੀ ਨਾਲ, ਭਾਈ ਪਾਨਾ ਜੀ ਬਾਬਾ ਬੁੱਢਾ ਸਾਹਿਬ ਦੇ ਅੰਸਾ ਵਿੱਚ ਹੋਏ ਨੇ, ਬ੍ਰਹਮ ਗਿਆਨੀ ਸਨ, ਪੰਜ ਬ੍ਰਹਮ ਗਿਆਨੀ ਹੋਏ ਨੇ ਬਾਬਾ ਬੁੱਢਾ ਸਾਹਿਬ ਦੇ ਅੰਸਾ 'ਚ। ਹੁਣ ਤਾਂ ਸੌਖਾ ਹੀ ਕੰਮ ਹੈ ਭਾਈ, ਸੁਣੀਏ ਮੈਂ ਗਿਆ ਨਹੀਂ ਦੇਖਿਆ ਨਹੀਂ, ਪਰ ਜਿਹੜਾ ਹੋ ਕੇ ਆਇਆ ਉਹਨੇ ਦੱਸਿਆ ਵੀ ਪੰਜਾਬ ਇੱਕ ਦੁਕਾਨ ਹੈ, 40,000 ਦੇਣਾ ਪੈਂਦਾ ਮਹੀਨੇ 'ਚ, ਬ੍ਰਹਮ ਗਿਆਨੀ ਬਣਾ ਕੇ ਐਂ ਮੋਹਰ ਲਾ ਕੇ ਦੇ ਦਿੰਦੇ ਨੇ, ਰੱਬ ਬਣਾ ਦਿੰਦੇ ਨੇ ਰੱਬ। ਬੜਾ ਪਖੰਡ ਚੱਲਿਆ ਆਪਣੇ ਦੇਸ਼ ਵਿੱਚ। ਤੋ ਬਾਬਾ ਬੁੱਢਾ ਸਾਹਿਬ ਦੀ ਅੰਸਾ ਵਿੱਚ ਪੰਜ ਬ੍ਰਹਮ ਗਿਆਨੀ ਹੋਏ ਨੇ, ਇਹ ਪਾਨਾ ਜੀ ਸਨ, ਬੜੇ ਆਗਿਆਕਾਰੀ ਸਨ ਗੁਰੂ ਹਰਗੋਬਿੰਦ ਮਹਾਰਾਜ ਜੀ। ਇੱਕ ਦਿਨ ਗੁਰੂ ਜੀ ਕਹਿਣ ਲੱਗੇ ਪਾਨਾ ਜੀ ਤੁਸੀਂ ਇੱਥੇ ਖੜੋ, ਅਸੀਂ ਆਵਾਂਗੇ ਚੱਲਦੇ। ਅੱਛਾ ਜੀ, ਤੋ ਖੜੇ ਗੁਰੂ ਜੀ, ਜੰਗਲ ਦਾ ਰਸਤਾ ਸੀ ਹੋਰ ਪਾਸਿਓਂ, ਕੀਰਤਪੁਰ ਸਾਹਿਬ ਆ ਗਏ, ਦੋ ਤਿੰਨ ਦਿਨ ਗਏ ਹੀ ਨਹੀਂ, ਖੜੇ ਰਹੇ ਖੜੇ ਰਹੇ। ਅੱਛਾ, ਕਹਿੰਦੀ ਇੱਕ ਸਿੱਖੜਾ ਜੰਗਲ ਵਿੱਚ, ਚਲੋ ਭਾਈ। ਗੁਰੂ ਮਹਾਰਾਜ ਦੇ ਨਾਲ ਗੁਰਸਿੱਖ ਜਦੋਂ ਆਏ, ਉਹਨਾਂ ਨੇ ਨਮਸਕਾਰ ਕੀਤੀ, ਪਾਨਾ ਜੀ ਨੇ ਕਹਿੰਦੇ ਤੁਸੀਂ ਆ ਜਾਣਾ ਸੀ ਜੰਗਲ ਵਿੱਚ, ਖੜੇ ਰਹੇ ਮਹਾਰਾਜ ਹੁਕਮ ਸੀ।
तो बड़े जानवर शेर बघेले होर डर नहीं सी लगता नहीं कोई हो जी गल फिर किवें तीन दिन खड़े रहे बस हुक्म दे बदे जिवें उन्हें कह देना अच्छा ये नहीं कि मैं बाबा बुढ़ा साहब की अंसा विच हाँ कोई मर्जी तो सोचा भी नहीं कित तो ये वचन छिड़पे फुलां दे पाना जी कहते ने गरीब नवाज अपने को गुरसिख बैठे ने गल चल रही है फुल बड़े चंगे ने कोई कहता यह जे कोई कहता यह जे तुसी दसो तो पाना जी कहते सच्चे पातशाह यो जे फुलां नाल दे ता फुल सारी धरती ते इस ब्रह्मांड विच ही नहीं है जिहो जे ए हां कहते ठीक है फिर इन्हों खोल के दसो भी है जे क्यों नहीं कहते गुरमुखो ये फुल जिन्ना ते गुरु की दृष्टि पै रही है तो ये महाराज दे नेड़े हन फुल गुरु साहब दर्शन दे ही रहे हैं तो इहो जे फुल तां इंद्रां दीआं गल्लां छड्डो तां गलत बंदे ने कुछ भी नहीं है इन्हां दे मुकाबले ना तिन्नां चों ना तेरां चों सुरगां दे फुल कुछ भी नहीं इस दे मुकाबले गुरु घर दी कोई भी चीज़ है उसका मुल नहीं हुंदा पेटा हुंदी है पेटा आपां कड़ा लैण जांदे आ ये थोड़ी कहिंदे दस किन्ना मुल लैणा पेटा गुटका लैन जाने बेटा कोई धरती ते पैदा ही नहीं होया जिहड़ा एक अखर दा मुल भी दे देवे रमाला साहब लैने दसो भाई की पेटा है दर्शनी पेटा बस तू पेटा हुंदी है थोड़ी बहुती मुल नहीं हुंदा अमुल गुण मुल व्यापारी अमुल भंडार अमुल आवे अमुल लै जाए अमुल पावे अमुल समाए अमुल तरमुल दीवान पेटा है कीमत नहीं या गुरु घर की चीज इन्नी की है पेटा है दर्शनी पेटा बस जिवें आप मत्था टेकिया महाराज नूं गुरु ग्रंथ साहिब दर्शनी पेटा जिहड़ा पाठ रखांदा घर वह भी मत्था टेकदा दस भी दर्शन पेटा जो ठीक लगता किसी सो इसी तरह कहते इन्हों वर्गे फुल तो किते भी नहीं हुण गुरु जी आ रहे ने फुल टुटा होया कहते टुट गया उस वेले ही महाराज के पोतरे पाव श्री हर राय साहब जी झट अगे बंदे हाथ जोड़े मत्था टेकिया सच्चे पातशाह ये मेरे को टुट गया है चोला अड़ गया सी जांदिया इंदा कोई गल होवे दूजे ते गलती सुट्टी जांदी टोल मटोला चंगा काम होवे मैं कीता है माड़ी जी गल मैं तो पता ही तुहाडे जीवन विच तरक्की नहीं हो रही उत्थे दा उत्थे ही बंदा खड़ा रहिंदा हिलदा ही तू जिन्हां ने उच्चियां मंजिलां च जाना हुंदा है ये उन्हां दीआं गल्लां ने महाराज मेरे को टुटा हजूर कहिंदे अच्छा कोई गल नहीं जे तुसीं फुल्लां च आउणा भी हुंदा है दामन संकोच चलो सतसंग आउण वाले समें जदों गुरु हर राय साहिब जी दर्शन दे रहे सन जदों फुल्लां च आउणा तां उह 101 कली वाला चोला हुंदा उह ऐं इकट्ठा करके फड़ लैणा ਵੀ ਕਿਸੇ ਫੁੱਲ ਨੂੰ ਨਾ ਲੱਗੇ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਤਾਂ ਗੱਲ ਗੁਰੂ ਹਰਗੋਬਿੰਦ ਮਹਾਰਾਜ ਤੁਹਾਡੇ ਦਾਦਾ ਜੀ ਦੀ ਸੀ ਬੜਾ ਸਮਾਂ ਹੋ ਗਿਆ ਹੁਣ ਤੁਸੀਂ ਉਹਨਾਂ ਦੀ ਜਗ੍ਹਾ ਆਪ ਹੋ ਗੁਰੂ ਨਾਨਕ ਸਰੂਪ ਕਹਿੰਦੇ ਭਾਈ ਤੁਹਾਡੇ ਸਮਝ ਨਹੀਂ ਆਉਣੀ ਤਦੇ ਹੀ ਉੱਥੇ ਦੇ ਉੱਥੇ ਬੰਦਾ ਰਹੀ ਤੁਹਾਡੇ ਨਹੀਂ ਸਮਝ ਆਉਣੀ ਅੱਛਾ ਗੱਲ ਨਾ ਫੁੱਲਾਂ ਦੀ ਹੈ ਨਾ ਚੋਲੇ ਦੀ ਹੈ ਗੱਲ ਬਚਨ ਦੀ ਹੈ ਬਸ ਫੁੱਲਾਂ 'ਚ ਫਿਰਨਾ ਹੈ ਦਾਮਨ ਸੰਕੋਚ ਚਲੋ ਤਾਂ ਕਿਸ ਤਰ੍ਹਾਂ ਮੈਂ ਉਹਨਾਂ ਦਾ ਬਚਨ ਕੈਂਸਲ ਕਰ ਦਿਆਂ ਜਦੋਂ ਤੱਕ ਸਰੀਰ ਰਹੇਗਾ ਜਦੋਂ ਫੁੱਲਾਂ 'ਚ ਆਵਾਂ ਕਰਾਂਗੇ
ਇਸੇ ਤਰ੍ਹਾਂ ਚੋਲਾ ਇਕੱਠਾ ਕਰ ਲਿਆਂਗੇ। ਸਤਿਗੁਰ ਬਚਨ ਕਮਾਏ ਜਿਨ ਜਿਨ੍ਹਾਂ ਜਿਨ੍ਹਾਂ ਕਮਾਈਆਂ ਕੀਤੀਆਂ। ਤੋ ਇਸ ਤਰ੍ਹਾਂ ਹੁਣ ਸਮਾਂ ਗੁਜ਼ਰਦਾ ਗਿਆ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਸੰਗਤਾਂ ਨੂੰ ਸੰਦੇਸ਼ੇ ਦੇ ਦਿਓ। ਇੰਨਾ ਹੀ ਸਮਾਂ ਸੀ, ਸ਼ਾਸਤਰ ਗੁਰੂ ਜੀ ਨੇ ਲਾ ਦਿੱਤੇ ਸੀ ਕਿ ਹੁਣ ਯੁੱਧ ਨਹੀਂ ਕਰਨਾ। ਇੰਨਾ ਹੀ ਹੁਕਮ ਸੀ, ਦਸਵੇਂ ਜਾਮੇ ਵਿੱਚ ਕਰਾਂਗੇ। ਗੁਰੂ ਨਾਨਕ ਹੁੰਦੇ ਹੋਏ ਕਹਿੰਦੇ ਇੰਨਾ ਹੀ ਹੁਕਮ ਸੀ ਗੁਰੂ ਨਾਨਕ ਦਾ, ਹੁਣ ਦਸਵੇਂ ਜਾਮੇ ਵਿੱਚ ਕਰਾਂਗੇ। ਬਸ ਸ਼ਸਤਰ ਲਾਏ ਹੋਏ ਸੀ ਅਤੇ ਹੁਣ ਗੁਰਗੱਦੀ ਅੱਗੇ ਦੇਣੀ ਹੈ। ਸੰਗਤਾਂ ਹੋਮ ਹਮਾ ਕੇ ਆਈਆਂ, ਪਰ ਇਹ ਜੋ ਬੜੇ ਕਾਲੇ ਸੁਭਾਅ ਦੇ ਬਾਬਾ ਧੀਰ ਮੱਲ ਜੀ, ਇਹਨਾਂ ਨੇ ਕਰਤਾਰਪੁਰ ਸਾਹਿਬ ਤੋਂ ਕੋਈ ਬੰਦੇ ਸੈੱਟ ਜੇ ਕਰਕੇ ਲਿਆਂਦੇ। ਕੋਈ ਚੌਰ ਕਰਨ ਲੱਗ ਪਿਆ, ਕੋਈ ਅਰਦਾਸਾਂ ਕਰਨ ਲੱਗ ਪਿਆ, ਕੋਈ ਕਿਵੇਂ। ਗੁਰੂ ਸਾਹਿਬ ਹੈ, ਇੱਕ ਸਿੱਖ ਨੇ ਜਾ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਿਹਾ, ਸੱਚੇ ਪਾਤਸ਼ਾਹ ਉਹ ਤੁਹਾਡੇ ਵੱਡੇ ਪੋਤਰੇ ਦਾ ਕੀ ਕੰਮ ਹੈ? ਹਜ਼ੂਰ ਕਹਿੰਦੇ ਭਜਾਓ ਇਹਨੂੰ, ਬਿਨਾਂ ਹੀ ਆਗਿਆ ਤੋਂ, ਬਿਨਾਂ ਹੀ ਬਚਨ ਤੋਂ, ਬਿਨਾਂ ਹੀ ਕਿਸੇ ਗੱਲ ਤੋਂ। ਬਸ ਕਹਿਣ ਦੀ ਦੇਰ, ਹਜ਼ਾਰਾਂ ਸੰਗਤਾਂ ਅਜੇ ਥੋੜ੍ਹੇ ਹੀ ਆਏ, ਕਿਸੇ ਚੋਰ ਫੜ ਲਿਆ, ਕਿਸੇ ਨੇ ਅਰਦਾਸੀ ਨੂੰ ਹਟਾਇਆ, ਤਾਂ ਬੜਾ ਗੁੱਸਾ ਲੱਗਾ। ਬਾਬਾ ਧੀਰ ਮੱਲ ਜੀ ਕਹਿੰਦੇ, ਮੈਨੂੰ ਅੱਗੇ ਹੀ ਪਤਾ, ਕਿਰਪਾ ਹੀ ਛੋਟਿਆਂ 'ਤੇ ਇਹਨਾਂ ਨੇ ਕਰਨੀ ਹੈ, ਮੈਨੂੰ ਚੰਗਾ ਹੀ ਨਹੀਂ ਸਮਝ। ਉਹਨਾਂ ਉੱਲੂ ਆਉਂਦੇ ਲੜ ਪਏ ਆਪਸ ਵਿੱਚ, ਕਹਿੰਦੇ ਸੂਰਜ ਸਾਨੂੰ ਚੰਗਾ ਨਹੀਂ ਸਮਝਦੇ, ਨਿਗਾਹ ਤਾਂ ਆਪਣੀ ਨਹੀਂ ਹੈ ਵੀ ਸਿੱਧੀ ਕਰ ਲੈਣ ਸੂਰਜ ਵੱਲ, ਬਾਕੀ ਵੀ ਤਾਂ 84 ਹੈ ਤਾਂ ਨਹੀਂ ਹੈ, ਗਲਤੀ ਆਪਣੀ ਹੁੰਦੀ ਹੈ। ਮੈਂ ਰਾਣਾ ਸਾਹਿਬ ਮਹਾਰਾਜ ਜੀ ਦੇ ਬਚਨ, ਗੰਨਾ ਸੈਟੀ ਬਿਲਾਸਪੁਰ ਸੰਨ 1972 ਵਿੱਚ ਕਹੀ ਸੀ, ਸਾਧ ਸੰਗਤ ਜੀ ਵਿਰੋਧੀ ਪੈਦਾ ਕਰ ਲੈਣੇ ਆਪਣੀ ਗਲਤੀ ਹੈ। ਤੁਸੀਂ ਸੁਣਿਆ ਹੋਏਗਾ ਜਿੰਨਾ ਕਿਸੇ ਸੁਣੇ ਸੀ, ਤੂੰ ਗਲਤੀ ਆਪਣੀ ਸੀ। ਕਹਿੰਦੇ ਲਓ ਮੈਨੂੰ ਅੱਗੇ ਹੀ ਪਤਾ, ਕਿਰਪਾ ਹੀ ਉਹਨਾਂ 'ਤੇ। ਉਹ ਤਾਂ ਹੁਣ ਆਪਣੀ ਮਾਤਾ ਨੂੰ ਕਹਿੰਦੇ, ਚਲੋ 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 ਚਲੀਏ, ਆਪਾਂ ਉੱਥੇ ਹੀ ਚਲੀਏ ਕਰਤਾਰਪੁਰ ਸਾਹਿਬ, ਬਸ ਇੱਥੇ ਨਹੀਂ ਗੱਲ। ਸੋ ਗੁਰੂ ਸਾਹਿਬ ਨੇ, ਗੁਰੂ ਹਰਿਰਾਇ ਸਾਹਿਬ ਜਿਹੜੇ ਹੋਏ, ਉਹਨਾਂ ਦੇ ਦਾਦਾ ਜੀ ਦੀ ਗੱਲ, ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ, ਦੇਖੋ ਜੋ ਗੁਰੂ ਨਾਨਕ ਦੀ ਜੋਤ ਹੈ ਉਹ ਹੁਣ ਤੁਹਾਡੇ ਸਰੀਰ ਵਿੱਚ ਰੱਖੀ ਜਾਏਗੀ, ਮਰਿਆਦਾ ਵੀ ਪੂਰੀ ਕਰਨ ਲੱਗੇ, 5 ਪੈਸੇ ਨਾਰੀਅਲ, ਇਹ ਗੁਰੂ ਗ੍ਰੰਥ ਸਾਹਿਬ ਤੱਕ ਇਸੇ ਤਰ੍ਹਾਂ ਹੀ ਆਇਆ। ਅੱਜ ਕੱਲ੍ਹ ਕਈ ਲੋਕਾਂ ਨੂੰ ਨਾਰੀਅਲ ਨਾਲ ਬੜੀ ਨਫ਼ਰਤ, ਇਹ ਚੰਗਾ ਇਹਨਾਂ 'ਚ ਉਦੋਂ ਕੋਈ ਜੰਮਿਆ ਹੀ ਨਹੀਂ ਸੀ, ਪੈਦਾ ਹੀ ਨਹੀਂ ਸੀ ਹੋਇਆ, ਨਹੀਂ ਤਾਂ ਸ਼ਾਇਦ ਗੁਰੂ ਨਾਨਕ ਜੀ ਨੂੰ ਵੀ ਰੋਕ ਦਿੰਦੇ ਵੀ ਸਾਡੀ ਸਲਾਹ ਲੈ ਲਓ, ਗੁਰਦੁਆਰੇ ਨਾਰੀਅਲ ਕਿੱਥੋਂ ਆ ਗਿਆ ਮਹਾਰਾਜ, ਪਤਾ ਨਹੀਂ ਹੈ, ਸਮਝ ਨਹੀਂ ਹੈ। ਬਸ ਤੋ 5 ਪੈਸੇ ਨਾਰੀਅਲ ਲੈ ਕੇ ਪਰਿਕਰਮਾ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਗੁਰਗੱਦੀ ਦੇਣ ਲੱਗਿਆ ਮੱਥਾ ਟੇਕਿਆ। ਇਹ 7ਵੀਂ ਪਾਤਸ਼ਾਹੀ ਗੁਰੂ ਹਰਿਰਾਇ ਸਾਹਿਬ ਹਨ। ਇਉਂ ਹੁਣ ਪੋਤਰੇ ਨੂੰ ਤਾਂ ਕੋਈ ਮੱਥਾ ਟੇਕਦਾ ਹੀ ਨਹੀਂ, ਮੈਂ ਤਾਂ ਕਿਤੇ ਦੇਖਿਆ ਨਹੀਂ, ਤੁਸੀਂ ਦੇਖਿਆ ਤਾਂ ਪਤਾ ਨਹੀਂ, ਪੋਤਰੇ ਨੂੰ ਨਹੀਂ, ਉਸ ਜੋਤ ਨੂੰ ਜਿਹੜੀ ਉਹ ਗੁਰੂ ਨਾਨਕ ਜੀ ਦੀ ਉਹਨਾਂ ਵਿੱਚ ਪ੍ਰਵੇਸ਼ ਕਰ ਗਈ। ਚਲੋ ਇਹ ਤਾਂ ਆਪਾਂ ਸਮਝਦੇ ਹਾਂ ਕਿਸੇ ਬਜ਼ੁਰਗਾਂ ਦੇ ਪੈਰੀਂ ਹੱਥ ਕਿਸੇ ਬੱਚੇ ਨੇ ਲਾ ਦਿੱਤਾ ਹੋਏਗਾ, ਕੋਈ ਗੱਲ ਨਹੀਂ, ਪਰ ਪਿਤਾ ਪੁੱਤਰ ਨੂੰ ਮੱਥਾ ਟੇਕੀਏ ਪਰਿਕਰਮਾ ਕਰਕੇ। ਇਹ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਗੁਰੂ ਰਾਮਦਾਸ ਪੁੱਤਰ ਨੂੰ ਨਹੀਂ, ਗੁਰੂ ਨਾਨਕ ਦੀ ਜੋਤ ਨੂੰ। ਇਸ ਤੋਂ ਸਿੱਧ ਹੋਇਆ ਇਸੇ ਤਰ੍ਹਾਂ ਜਦੋਂ ਉਹ ਜੋਤ ਅੱਗੇ ਦੰਗੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵੇਸ਼ ਕਰ ਗਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਮਸਕਾਰ ਕਰ ਦਿੱਤੀ, ਮੱਥਾ ਟੇਕਿਆ। ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਸਾਰਿਆਂ ਨੂੰ ਇਹ ਚਾਹੀਦਾ ਜੇ ਇਹਨਾਂ ਦੀ ਥੋੜ੍ਹੀ ਜਿਹੀ ਵੀ ਅਕਲ ਕੰਮ ਕਰੇ, ਜ਼ਿਆਦਾ ਨਹੀਂ ਥੋੜ੍ਹੀ ਜਿਹੀ ਵੀ, ਤਾਂ ਸਿੱਖਾਂ ਵਿੱਚ ਕੋਈ ਨਗੁਰਾ ਨਹੀਂ ਰਹਿਣਾ ਚਾਹੀਦਾ। ਅੰਮ੍ਰਿਤ ਛਕ ਕੇ ਉਸ ਜੋਤ ਨੂੰ ਗੁਰੂ ਮੰਨ ਲੈਣ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮੱਥਾ ਹੀ ਟੇਕ ਦਿੱਤਾ ਪਰਿਕਰਮਾ ਕਰਕੇ। ਬਾਕੀ ਕੀ ਰਹਿ ਗਿਆ ਭਾਈ, ਮੱਥਾ ਹੀ ਟੇਕ ਦਿੱਤਾ,
ਜਾਂ ਤਾਂ ਉਹਨਾਂ ਨੇ ਕਿਹਾ ਵੀ ਠਾੜ ਪਿਓ ਮੈਂ ਜ਼ੋਰ ਕਰ ਬਚਨ ਕਾ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਬਸ ਚਲੋ ਜੋ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਨ ਆਪ ਜੀ ਦੇ ਪਿਤਾ ਵੀ ਸਨ ਗੁਰੂ ਵੀ ਸਨ ਉਹ ਤਾਂ ਹੈ ਹੀ ਹੈ ਬਾਕੀ ਸੰਸਾਰ ਵਿੱਚ ਕੋਈ ਸਿੱਧ ਕਰੇ ਕਿਤੇ ਦਸਵੇਂ ਮਹਾਰਾਜ ਦਾ ਸਿਰ ਝੁਕਿਆ ਹੋਵੇ ਕਿਤੇ ਸੁਪਨਾ ਵੀ ਤੋ ਐਸੇ ਜੋ ਗੁਰੂ ਮਹਾਰਾਜ ਹਨ ਜਿਨ੍ਹਾਂ ਨੂੰ ਸਾਡੇ ਧਰਮ ਪਿਤਾ ਮੱਥਾ ਟੇਕ ਰਹੇ ਨੇ ਪਰਿਕਰਮਾ ਕਰਕੇ ਅਸੀਂ ਸਿੱਖ ਹੋ ਕੇ ਗੁਰੂ ਵੀ ਨਾ ਮੰਨੀਏ ਤਾਂ ਫਿਰ ਇੱਥੇ ਗੱਲ ਮੁੱਕੇਗੀ ਕਰਮ ਮਾੜੇ ਬਸ ਉਹੀ ਵਿਚਾਰੇ ਕਿਆ ਕਰੇ ਜੇ ਭਾਗ ਤੁਰ ਮੰਦੇ ਕੀ ਕੋਈ ਕਰੇਗਾ ਮੱਥੇ 'ਤੇ ਹੀ ਲਿਖਿਆ ਹੋਇਆ ਇਹ ਰੂਹ ਇਸੇ ਤਰ੍ਹਾਂ ਹੀ ਨਿਗਤੀ ਮਰੇਗੀ ਭਾਈ ਇਹਨੇ ਨਹੀਂ ਗੁਰੂ ਵਾਲੇ ਬਣਨਾ ਤੋ ਜਿਹੋ ਜਿਹਾ ਲੇਖ ਹੈ ਤੋ ਵਿਚਾਰ ਹੋ ਰਹੀ ਸੀ ਸਤਸੰਗ ਪੋਤਰੇ ਨੂੰ ਮੱਥਾ ਨਹੀਂ ਟੇਕਿਆ ਛੇਵੇਂ ਮਹਾਰਾਜ ਉਹ ਗੁਰੂ ਨਾਨਕ ਦੀ ਜੋਤ ਨਾਲ ਬੜੇ ਪ੍ਰਵਚਨ ਕਹੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਹਿੰਦੇ ਦੇਖੋ ਹੁਣ ਤੁਸੀਂ ਗੁਰੂ ਸਾਹਿਬ ਹੋ ਸੱਚੇ ਪਾਤਸ਼ਾਹ ਹੋ ਗੁਰੂ ਹਰਰਾਜ ਸਾਹਿਬ ਜੀ ਹੋ ਪਰ ਕੁਛ ਬਚਨਾਂ ਦਾ ਤੁਸੀਂ ਧਿਆਨ ਰੱਖਣਾ ਪਹਿਲਾ ਬਚਨ ਯੁੱਧ ਨਹੀਂ ਕਰਨਾ ਦੂਸਰਾ ਬਚਨ ਅਭਿਆਸ ਨਹੀਂ ਛੱਡਣਾ ਇਹ ਕਰਦੇ ਰਹਿਣਾ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਰਹਿਣਾ ਲੜਾਈ ਨਹੀਂ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਇਹ ਹਦਾਇਤ ਅੰਮ੍ਰਿਤ ਵੇਲਾ ਨਹੀਂ ਖਜਾਉਣਾ ਇਹ ਬਚਨ ਕਰ ਹੀ ਰਹੇ ਸਨ ਫਿਰ ਵੀ ਸੱਤਵੀਂ ਪਾਤਸ਼ਾਹੀ ਗੁਰੂ ਸਾਹਿਬ ਨੇ ਹੱਥ ਜੋੜੇ ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਸਿਰ ਮੱਥੇ 'ਤੇ ਜਿਵੇਂ ਵੀ ਕਹੋ ਪਰ ਜੇ ਕੋਈ ਚੜ੍ਹ ਕੇ ਆ ਗਿਆ ਭਾਵ ਕੋਈ ਆ ਹੀ ਗਿਆ ਫਿਰ ਆਪਾਂ ਕਿਵੇਂ ਕਰਾਂਗੇ ਗੁਰੂ ਜੀ ਕਹਿੰਦੇ ਦੇਖੋ ਪਹਿਲੀ ਗੱਲ ਤਾਂ ਕੋਈ ਚੜ੍ਹ ਕੇ ਆਏਗਾ ਹੀ ਨਹੀਂ ਤੁਹਾਡੇ 'ਤੇ ਨਹੀਂ ਕੋਈ ਚੜ੍ਹ ਕੇ ਆਏਗਾ ਜੇ ਆਏਗਾ ਰਾਹ 'ਚ ਹੀ ਮਾਰਿਆ ਜਾਏਗਾ ਬਸ ਤੋ ਬਚਨਾਂ ਦਾ ਧਿਆਨ ਰੱਖਣਾ ਅੱਛਾ ਠੀਕ ਹੈ ਸਭ ਸੰਗਤਾਂ ਨੇ ਮੱਥਾ ਟੇਕਿਆ ਗੁਰੂ ਜੀ ਨੂੰ ਨਮਸਕਾਰਾਂ ਤਰ੍ਹਾਂ ਤਰ੍ਹਾਂ ਦੀਆਂ ਦਰਸ਼ਨ ਭੇਟਾਂ ਗੁਰੂ ਜੀ ਇੱਕ ਕੋਠੇ ਵਿੱਚ ਕੀਰਤਪੁਰ ਸਾਹਿਬ ਚੌਂਕੜਾ ਲਾ ਕੇ ਬੈਠ ਜਾਂਦੇ ਜੋ ਸਮਾਂ ਦੱਸਿਆ ਸੀ ਗੁਰੂ ਹਰਿਰਾਜ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਿਆ ਗੁਰੂ ਜੀ ਜੋਤੀ ਜੋਤ ਸਮਾ ਚੁੱਕੇ ਸਨ ਬੜਾ ਸੰਗਤਾਂ ਵਿੱਚ ਵਿਰਾਗ ਪਿਆਰ ਮਹਾਰਾਜ ਨੇ ਧੀਰਜ ਦਿੱਤੀ ਪਰ ਜਦੋਂ ਸੰਸਕਾਰ ਦਾ ਸਮਾਂ ਆਇਆ ਫਿਰ ਵੀ ਇੱਕ ਪਿਓ ਪੁੱਤਰ ਛਾਲ ਮਾਰੀ ਗਏ ਨਾਲ ਕਹਿੰਦੇ ਨਾਲ ਹੀ ਜਾਣਾ ਗੁਰੂ ਜੀ ਕਹਿੰਦੇ ਇੱਕ ਦੂਜੇ ਹੱਥ ਫੜ ਲਓ ਸਾਰੇ ਸਾਰਿਆਂ ਨੂੰ ਉੱਚੀ ਆਵਾਜ਼ ਵਿੱਚ ਗੁਰੂ ਜੀ ਨੇ ਸਮਝਾਇਆ ਸੱਤਵੀਂ ਪਾਤਸ਼ਾਹੀ ਕਹਿੰਦੇ ਸਿੱਖੋ ਸਾਡਾ ਕੀ ਘੱਟ ਪ੍ਰੇਮ ਹੈ ਤੁਹਾਡੇ ਨਾਲੋਂ ਇਸ ਤਰ੍ਹਾਂ ਫਿਰ ਸਾਰਿਆਂ ਨੂੰ ਇਹੀ ਛਾਲਾਂ ਮਾਰ ਦੇਣੀਆਂ ਚਾਹੀਦੀਆਂ ਕਿਹੜੇ ਪਾਸੇ ਚੱਲ ਪਏ ਆਖੇ ਲੱਗੂ ਬਚਨ ਕਮਾਈ ਦਾ ਹੁੰਦਾ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਉਹ ਬਚਨ ਮੰਨ ਕੇ ਦਰਗਾਹ ਨੂੰ ਜਾਓ ਨਾ ਕਿ ਛਾਲਾਂ ਮਾਰ ਕੇ ਚਲੋ ਜਿਨ੍ਹਾਂ ਨੇ ਛਾਲ ਮਾਰੀ ਹੈ ਸੰਸਕਾਰ ਹੋ ਹੀ ਗਿਆ ਨਾਲ ਗੁਰੂ ਨਾਨਕ ਸਾਹਿਬ ਵਾਹਿਗੁਰੂ ਇਹਨਾਂ ਦਾ ਭਲਾ ਕਰਨ ਪਰ ਤੁਸੀਂ ਕਿਸੇ ਨੇ ਕੰਮ ਨਹੀਂ ਕਰਨਾ ਸਾਰੇ ਕੋਈ ਇਹੋ ਜਿਹਾ ਬਚਨ ਕਰ ਦੇਣ ਤਾਂ ਉਹ ਰੁਕ ਗਏ ਇਹ ਕੀਰਤਪੁਰ ਸਾਹਿਬ ਦੀ ਗੱਲ ਤੋ ਇਸ ਤਰ੍ਹਾਂ ਹੁਣ ਗੁਰੂ ਹਰਿਰਾਜ ਸਾਹਿਬ ਨੇ 2200 ਘੋੜ ਸਵਾਰ ਚਿੱਟੇ ਕੱਪੜੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਚੋਲੇ ਚਿੱਟੇ ਕੁੜਤੇ ਪਜਾਮੇ ਚਿੱਟੀਆਂ ਦਸਤਾਰਾਂ ਚਿੱਟੀਆਂ ਹੱਥਾਂ ਵਿੱਚ ਮਾਲਾਂ ਆ ਉਦੋਂ ਆ ਪਲਾਸਟਿਕ ਦੀਆਂ ਮਾਲਾਂ ਨਹੀਂ ਸੀ ਹੁੰਦੀਆਂ ਉੱਨ ਦੀਆਂ ਹੁੰਦੀਆਂ ਸੀ ਇਹ ਤੁਸੀਂ ਫੇਰਨੀਆਂ ਆ ਘੋੜੇ ਰੱਖਣੇ ਕਿਰਪਾਨਾਂ ਨੇਜੇ ਢਾਲਾਂ ਅਭਿਆਸ ਜਿਹੜਾ ਹੈ ਜੰਗ ਯੁੱਧ ਦਾ ਇਹ ਰੋਜ਼ ਕਰਦੇ ਰਹਿਣਾ ਕਹਿੰਦੇ ਅੱਛਾ ਜੀ ਗੁਰੂ ਸਾਹਿਬ ਕਹਿੰਦੇ ਗੁਰਮੁਖੋ ਜਿਹੜਾ 2200 ਤੁਸੀਂ ਦੌੜ ਦੌੜ ਕੇ ਜਾਨਵਰ ਲਿਆਓ ਫੜ ਫੜ ਕੇ ਤੋ ਜਦੋਂ ਹਰਨ ਬਾਰਾ ਸਿੰਘ ਨੇ ਦੇਖਿਆ ਕਿੰਨੀ ਤੇਜ਼ ਦੌੜਦੇ ਨੇ ਫਿਰ ਪਿੱਛੇ ਕੋਈ ਪਿਆ ਹੋਵੇ ਸਿੱਖਾਂ ਨੇ ਘੋੜਾ ਨਾਲ ਦੜਾਉਣਾ
ਅਤੇ ਇੱਕ ਰੱਸੀ ਦੀ ਕਿੜਕੀ ਜੀ ਸੁੱਟ ਦੇਣੀ ਉਹਦੇ ਸਿੰਘ 'ਚ ਫਸ ਜਾਣੀ, ਉਹਨੂੰ ਫੜ ਕੇ ਜਿਉਂਦਾ ਹੀ ਲਿਆ ਕੇ ਗੁਰੂ ਕੇ ਬਾਗ ਵਿੱਚ ਛੱਡ ਦੇਣਾ। ਸ਼ੇਰਾਂ ਤੱਕ ਫੜ ਲਿਆਉਂਦੇ ਹੁੰਦੇ ਸਿੱਖ ਜਿਉਂਦੇ ਹੀ ਲਿਆ ਲਿਆ ਕੇ ਛੱਡੀ, ਉਹ ਸਾਰੇ ਇਕੱਠੇ ਹੀ ਰਹੀ। ਸਾਡੇ ਦੇਸ਼ ਵਿੱਚ ਚਿੜੀਆ ਘਰ ਨਹੀਂ ਸੀ ਹੁੰਦਾ, ਗੁਰੂ ਹਰਿ ਰਾਇ ਸਾਹਿਬ ਨੇ ਬਣਾਇਆ। ਅਤੇ ਜੜੀਆਂ ਬੂਟੀਆਂ ਮਹਾਰਾਜ ਨੇ ਤੁਰੇ ਜਾਣਾ, ਆ ਬੂਟੀ ਪੁੱਟ ਲਓ ਇਸ ਕੰਮ ਆਏਗੀ, ਆ ਇਉਂ ਰਗੜੋ, ਇਉਂ ਦਵਾਈਆਂ ਚੱਲ ਪਈਆਂ, ਕੁਛ ਮੰਗਾ ਲੈਣੀਆਂ, ਕੁਛ ਦੱਸ ਦੇਣੀਆਂ ਦੇਸੀ ਦਵਾਈਆਂ। ਇਹ ਸੱਤਵੀਂ ਪਾਤਸ਼ਾਹੀ ਗੁਰੂ ਮਹਾਰਾਜ ਤੋਂ ਚੱਲੀਆਂ, ਪਹਿਲਾਂ ਨਹੀਂ ਸੀ ਗੁਰੂ ਘਰ ਇਹ ਗੱਲ। ਵੈਸੇ ਹੀ ਰਾਜੀ ਕਿਰਪਾ ਨਾਲ ਹੀ ਕਰੀ ਜਾਂਦੇ ਸੀ, ਚਲੋ ਦਵਾਈ ਵੀ ਚੱਲ ਪਈ। ਇਹ ਜ਼ਰੂਰ ਹੁੰਦਾ ਸੀ ਸਿਵੇਂ ਮਹਾਰਾਜ ਦੇ ਟਾਈਮ, ਜਿਵੇਂ ਆਹ ਦਰਖਤ ਨੇ ਉਹਨੂੰ ਆਪਾਂ ਯੂਪੀ ਵਿੱਚ ਕਹਿ ਦਿੰਦੇ ਸਾਲ ਦੇ ਦਰਖਤ, ਸਾਲ ਦੇ ਪੱਤੇ, ਸੁੱਕੀ ਲਿੰਦ ਘੋੜੇ ਦੀ, ਥੋੜ੍ਹੀ ਜਿਹੀ ਦੋ ਤਿੰਨ ਬੂਟੀਆਂ ਹੋਰ, ਇਹ ਮਿਲਾ ਕੇ ਜ਼ਖਮ 'ਤੇ ਲਾ ਦਿੰਦੇ ਹੁੰਦੇ ਗੁਰੂ ਹਰਗੋਬਿੰਦ ਮਹਾਰਾਜ ਸਮੇਂ। ਸਵੇਰ ਤੱਕ ਜ਼ਖਮ ਠੀਕ, ਘੋੜੇ ਦਾ ਹੋਵੇ ਬੰਦੇ ਆ ਤਾਂ ਚੱਲਦਾ ਸੀ, ਪਰ ਜਿਹੜੀਆਂ ਆਮ ਜੜੀਆਂ ਬੂਟੀਆਂ ਦਵਾਈਆਂ ਹਨ ਇਹ ਸੱਤੇ ਪਾਤਸ਼ਾਹ ਨੇ, ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਸਵੇਰੇ ਉੱਠ ਕੇ ਨਾਂ ਲਿਆ ਕਰੋ ਜਿਵੇਂ ਵਾਹਿਗੁਰੂ ਵਾਹਿਗੁਰੂ ਕਰਦੇ ਨਾ, ਇਸ ਤਰ੍ਹਾਂ ਹੀ ਇਸ ਗੁਰੂ ਸਾਹਿਬ ਦਾ ਨਾਂ ਲਿਆ ਕਰੋ। ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ। ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ, ਹਰ ਰਾਇ, ਸਿਮਰੋ ਸ੍ਰੀ 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 ਹਰ ਰਾਇ। ਜਦੋਂ ਪਾਠ ਕਰੀਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਦਾ ਜਿੰਨਾ ਫਲ ਹੈ ਇੰਨਾ ਹੀ ਗੁਰੂ ਸਾਹਿਬ ਦਾ ਨਾਂ ਲੈਣ ਦਾ ਇਹ ਫਲ ਹੈ ਸਿਮਰਨ। ਤੋ ਇਹਨਾਂ ਦੇ ਸੱਤਵੇਂ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਸਨ, ਵੱਡੇ ਰਾਮ ਰਾਏ ਜੀ, ਛੋਟੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੋ ਬਾਅਦ ਵਿੱਚ ਗੁਰੂ ਹੋਏ। ਸੱਤਵੇਂ ਮਹਾਰਾਜ ਜੀ ਵੀ ਅੱਠਾਂ ਕੁ ਸਾਲਾਂ ਦੇ ਲਗਭਗ ਜਦੋਂ ਗੁਰਗੱਦੀ ਬਰਾਜੇ। ਤਾਂ ਇਸ ਤਰ੍ਹਾਂ ਸਮਾਂ ਗੁਜ਼ਰਦਾ ਜਾ ਰਿਹਾ ਹੈ, ਮਹਾਰਾਜ ਦੇ ਚਰਨਾਂ 'ਚ ਭਾਈ ਭਗਤੂ ਜੀ ਰਹਿ ਰਹੇ ਜਿਨ੍ਹਾਂ ਦਾ ਜਨਮ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨਾਲ ਹੋਇਆ। ਇੱਕ ਸਿੱਧੂ ਗੋਤ ਹੁੰਦੀ ਹੈ ਸਿੱਖਾਂ ਵਿੱਚ, ਸਿੱਧੂ ਜੱਟ ਜਿਹਨੂੰ ਕਹਿੰਦੇ, ਉਹ ਭਾਈ ਆਦਮ ਬੜੀ ਸੇਵਾ ਕਰਦਾ, ਔਲਾਦ ਹੈ ਨਹੀਂ ਸੀ, ਬਹੁਤ ਸੇਵਾ ਕਰਨ ਤੋਂ ਬਾਅਦ ਗੁਰੂ ਜੀ ਪ੍ਰਸੰਨ ਹੋਏ। ਤਾਂ ਕਹਿੰਦੇ ਕੋਈ ਸ਼ਹਿ ਤਾਂ ਮੰਗੋ, ਚੁੱਪ ਕਰ ਗਏ ਵੀ ਉਮਰ 60-62 ਸਾਲ ਦੀ, ਲੋਕ ਕੀ ਕਹਿਣਗੇ ਔਲਾਦ ਮੰਗਦਾ ਫਿਰਦਾ, ਚਿੱਟੀ ਦਾੜੀ ਹੈ ਇਹਦੀ, ਅੱਛਾ ਕੱਲ ਆ ਜਾਣਾ ਫਿਰ। ਸੋ ਕਰੋ ਬੀਬੀ ਸੀ ਉਹ ਕਹਿੰਦੀ ਸੱਚੇ ਪਾਤਸ਼ਾਹ, ਅਸੀਂ ਤਾਂ ਆਪਣੇ ਦੇ ਚਰਨਾਂ ਵਿੱਚ ਅੰਸਾ ਮੰਗਣ ਆਏ ਹਾਂ, ਔਲਾਦ ਦੀ ਬਖਸ਼ਿਸ਼ ਕਰੋ। ਗੁਰੂ ਜੀ ਕਹਿੰਦੇ ਬੇਟਾ ਕਰਮਾਂ 'ਚ ਹੈ ਨਹੀਂ, ਭਾਗਾਂ 'ਚ ਤੁਹਾਡੇ ਹੈ ਨਹੀਂ, ਲਿਖਿਆ ਹੀ ਨਹੀਂ, ਤਾਂ ਇਸ ਕਰਕੇ ਹੁੰਦਾ ਤਾਂ ਅੱਛਾ, ਕਹਿੰਦੇ ਕਰੋ ਕਿਰਪਾ। ਪਰ ਸੇਵਾ ਇੰਨੀ ਕੀਤੀ ਦਿਨ ਰਾਤ ਸੰਗਤਾਂ ਨੇ,
ਬਚਨ ਤੇ ਜੀ ਵੀ ਇੱਕ ਪੰਡ ਲਿਆਓ ਬਾਲਣ ਦੀ ਬਸ ਦੋ ਦੋ ਤਿੰਨ ਤਿੰਨ ਜਿੰਨਾ ਬਚਨ ਸੀ ਉਹ ਲੰਗਰਾਂ ਵਿੱਚ ਬਾਕੀ ਜਮ੍ਹਾਂ ਕਰੀ ਜਾਣੀਆਂ ਬਰਸਾਤਾਂ 'ਚ ਸਿਆਲਾਂ 'ਚ ਕੰਮ ਆਉਂਦੀਆਂ ਛਾਲ ਵੀ ਲਾ ਦੇਣਾ ਪਾਣੀ ਵੀ ਛਿੜਕ ਦੇਣਾ ਬਾਲਣ ਵੀ ਲੈ ਆਉਣਾ ਲੰਗਰ ਵੀ ਤਿਆਰ ਕਰ ਦੇਣਾ ਜਿੱਥੇ ਦੇਖੋ ਬਸ ਆਦਮ ਹੀ ਆਦਮ ਫਿਰਦਾ ਜਿੰਨਾ ਕਮਾਈਆਂ ਕਰਨੀਆਂ ਹੋਣ ਦਿਨ ਰਾਤ ਇੱਕ ਕਰਦੇ ਨੇ ਦਿਨ ਕਦੋਂ ਚੜ੍ਹਦਾ ਹੈ ਕਦੋਂ ਛਿਪਦਾ ਉੱਧਰ ਧਿਆਨ ਨਹੀਂ ਇੱਧਰ ਧਿਆਨ ਹੈ ਸੋ ਗੁਰੂ ਸਾਹਿਬ ਜੀ ਕਹਿੰਦੇ ਦੇਖੋ ਕਰਮਾਂ 'ਚ ਭਾਗਾਂ 'ਚ ਤਾਂ ਹੈ ਨਹੀਂ ਪਰ ਸਾਡੇ ਇੱਕ ਚੌਥਾ ਸਾਹਿਬਜ਼ਾਦਾ ਆਉਣਾ ਉਹ ਅਸੀਂ ਤੁਹਾਨੂੰ ਦਿੱਤਾ ਉਹਦਾ ਨਾਂ ਭਗਤੂ ਰੱਖ ਦਿੰਦੇ ਹਾਂ ਵੱਡੇ ਪ੍ਰਿਥੀਆ ਮਹਾਂਦੇਵ ਸ਼੍ਰੀ ਅਰਜਨ ਦੇਵ ਇਹ ਛੋਟਾ ਗੁਰੂ ਰਾਮਦਾਸ ਮਹਾਰਾਜ ਨੇ ਹੁਣ ਉਹਨਾਂ ਇੰਨੀ ਸੇਵਾ ਕਰਕੇ ਮੰਗਿਆ ਅਸੀਂ ਤਾਂ ਐਂ ਨਾ ਬੜੇ ਬੜੇ ਕੇ ਬੜੀ ਦੁਨੀਆ ਫਿਰੀ ਐਂ ਗੁਰਦੁਆਰੇ ਜਾਂਦੇ ਜਿਵੇਂ ਦੁਕਾਨ 'ਤੇ ਜਾਈਦਾ ਮਹਾਰਾਜ ਆ ਦੇ ਦਵਾ ਦੇ ਦਵਾ ਦੇ ਦਵਾ ਦੇ ਦਵਾ ਕੋ ਹੱਥ ਪੈਰ ਹਿਲਾਏ ਕੋ ਸੇਵਾ ਦੋ ਚਾਰ ਸਾਲ ਕੀਤੀ ਕੋਈ ਨਾਮ ਜਪਿਆ ਮਾਲਾ ਫੇਰੀ ਬੰਦਗੀ ਕੀਤੀ ਮੰਗਣ 'ਚ ਬਹੁਤ ਪਹਿਲਾ ਨੰਬਰ ਸੇਵਾ ਥੋੜ੍ਹੀ ਮੰਗਣ ਬਹੁਤਾ ਕਹਿੰਦੇ ਫਿਰ ਲੈ ਸਾਨੂੰ ਗੁਰੂ ਘਰੋਂ ਵੀ ਨਹੀਂ ਮਿਲਿਆ ਕਿੰਨੀ ਕੁ ਮਿਹਨਤ ਕਰ ਲਈ ਭਾਈ ਪਤਾ ਹੀ ਹੁੰਦਾ ਸੋ ਇੰਨਾ ਇਹਨਾਂ ਨੇ ਸੇਵਾ ਅਤੇ ਸਿਮਰਨ ਗੁਰੂ ਜੀ ਕਹਿੰਦੇ ਨਾ ਭਗਤੂ ਰੱਖਣਾ ਐਸਾ ਹੀ ਹੋਇਆ ਤੂੰ ਜਦੋਂ ਛੋਟੇ ਜਿਹੇ ਸਨ ਲੈ ਕੇ ਗਏ ਮਾਤਾ ਜੀ ਗੁਰੂ ਅਰਜਨ ਦੇਵ ਜੀ ਕੋਲ ਮਹਾਰਾਜ ਕਹਿੰਦੇ ਆ ਭਰਾਵਾ ਬਹਿ ਜਾ ਜਾਣਦੇ ਨੇ ਵੀ ਆਤਮਾ ਰੂਹ ਤਾਂ ਉਹ ਭਰਾ ਹੀ ਹੈ ਭਾਈ ਸਾਡਾ ਹੋਰ ਭਰਾ ਜੀ ਠੀਕ ਠਾਕ ਹਾਂ ਕਹਿੰਦੇ ਠੀਕ ਵਾਪਸ ਆ ਰਹੇ ਨੇ ਤੋ ਮਾਤਾ ਨੂੰ ਪਿਆਸ ਬੜੀ ਲੱਗ ਗਈ ਗਰਮੀ ਸੀ ਕਹਿੰਦੀ ਕਾਕਾ ਭਗਤੋ ਪਾਣੀ ਅੱਛਾ ਤੁਸੀਂ ਬੈਠੋ ਮੈਂ ਲਿਆਉਂਦਾ ਕੋਈ ਤੋਂ ਉਹ ਪਿੰਡ ਮੈਂ ਤਾਂ ਜ਼ਿਆਦਾ ਪਿਆਸ ਜੇ ਨਾ ਪਿਆਸ ਬਰਦਾਸ ਹੋਵੇ ਤਾਂ ਟੇਮ ਚੁੱਕ ਲਿਓ ਪਾਣੀ ਮਿਲ ਜਾਏਗਾ ਉਹ ਲੈਣ ਗਏ ਸੀ ਟੇਮ ਚੁੱਕੀ ਉਦੋਂ ਪ੍ਰੈਸ਼ਰ ਦਾ ਚੱਲ ਪਿਆ ਜਿਵੇਂ ਆ ਬੋਰਿੰਗ ਚੱਲਦੇ ਨੇ ਤੁਹਾਡੇ ਉੱਤਰਾਖੰਡ 'ਚ ਆਪੇ ਹੀ ਇੱਕ ਭੇਡਾਂ ਬੱਕਰੀਆਂ ਵਾਲਾ ਸੀ ਉਹ ਨਹਾਇਆ ਪਿਆ ਲਿਆ ਮੌਜ ਬਣ ਗਈ ਬਾਲਟੀ 'ਚ ਲੈ ਕੇ ਮਾਤਾ ਜੀ ਆ ਕੇ ਕੀਤਾ ਮੈਨੂੰ ਟੇਮ ਦੁਬਾਰਾ ਰੱਖਣ ਦਾ ਚੇਤਾ ਹੀ ਨਹੀਂ ਰਿਹਾ ਅੱਛਾ ਕਹਿੰਦੇ ਚਲੋ ਹੁਣ ਬੰਦ ਕਰ ਦਿੰਦੇ ਇਹ ਹੌਲੀ ਹੌਲੀ ਜਾ ਰਹੇ ਨੇ ਮਾਂ ਪੁੱਤਰ ਭੇਡਾਂ ਬੱਕਰੀਆਂ ਵਾਲੇ ਪਿੰਡ 'ਚ ਦੱਸਿਆ ਸਾਰਾ ਹੀ ਪਿੰਡ ਇਕੱਠਾ ਕੋਈ ਖੇਸ ਕੋਈ ਰੇਜਾ ਕੋਈ ਪੈਸੇ ਕੋਈ ਟਕਾ ਮਾਤਾ ਜੀ ਚੁੱਕੋ ਕਿੱਥੇ ਲਈ ਫਿਰਾਂਗੇ ਅਸੀਂ ਆ ਤੁਸੀਂ ਆ ਕੀ ਕੀਤਾ ਨਹੀਂ ਸੀ ਪਾਣੀ ਜਾਂ ਟੀਮ ਰੱਖ ਦੇਣੀ ਸੀ ਇਹਨਾਂ ਗੱਲਾਂ 'ਚ ਅਸੀਂ ਨਹੀਂ ਪੈਣਾ ਸੋ ਇਹਨਾਂ ਦੀਆਂ ਅਨੰਤ ਸਾਖੀਆਂ ਇਹ ਹੁਣ ਬੜੀ ਸਿਆਣੀ ਉਮਰ ਦੇ ਨੇ ਬੱਚੇ ਵੀ ਗਾਂ ਵਿਆਹੇ ਹੋਏ ਨੇ ਬੜੀ ਸਿਆਣੀ ਉਮਰ ਦੇ ਨੇ ਪਰਮ ਗਿਆਨੀ ਨੇ ਤੋ ਗੁਰੂ ਹਰ ਰਾਏ ਸਾਹਿਬ ਜੀ ਨੂੰ ਪੁੱਛਦੇ ਨੇ ਮਹਾਰਾਜ ਹੁਣ ਤਾਂ ਆਖਰੀ ਜਨਮ ਹੈ ਨਾ ਕੋਈ ਕਰਮ ਨਹੀਂ ਹੈ ਬਾਕੀ ਹਾਂ ਕਹਿੰਦੇ ਇੱਕ ਹੈਗਾ ਦੱਸੋ ਕਹਿੰਦੇ ਤਾਂ ਤੇਰਾ ਵਿਆਹ ਹੋਣਾ ਚੁੱਪ ਹੋ ਗਿਆ ਵਿਆਹ ਹੋਣਾ ਆ ਤੂੰ ਬੋਲ ਨਹੀਂ ਸਕਦੇ ਗੁਰੂ ਸਾਹਿਬ ਦੇ ਸਾਹਮਣੇ ਕੀ ਚੁੱਪ ਕੋਈ ਗੱਲ ਨਹੀਂ ਕਰਦੇ ਅੱਛਾ ਇਹ ਹੁਣ ਜਾ ਰਹੇ ਨੇ ਸਿਹਤ ਨਹੀਂ ਸੀ ਠੀਕ ਸਿਹਤ ਕੁਛ ਢਿੱਲੀ ਰਹੀ ਚਲੋ ਉੱਥੇ ਬਠਿੰਡੇ ਚੱਲਦੇ ਹਾਂ ਪਰਿਵਾਰ ਸੀ ਸਿਆਣਾ ਉੱਥੇ ਚੱਲਦੇ ਹਾਂ ਰਾਜਾ ਸੀ ਬਠਿੰਡੇ ਦਾ ਇਹਦਾ ਬੇਟਾ ਉੱਥੇ ਚੱਲਦੇ ਉਹ ਇੱਕ ਛੋਟਾ ਸੀ ਵੱਡਾ ਦੋ ਭਰਾ ਸਨ ਤੋ ਇੱਕ ਬੀਬੀ ਰਸਤੇ ਵਿੱਚ ਚਿੜੀਆਂ ਉਡਾਏ ਇਹ ਤੂੰ ਕਹਿੰਦਾ ਦੇਖੋ ਆ ਬਚਨ ਹੀ ਹੁੰਦਾ ਗੁਰੂ ਦਾ ਚਿੜੀਆਂ ਅਤੇ ਬਾਜਰੇ ਗਵਾਹ ਹੋ ਗਿਆ ਵਿਆਹ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਚਲੇ ਗਏ ਤੂੰ ਭਾਈ ਗੌਰਾ ਅਤੇ ਭਾਈ ਜੀਵਾ ਦੋ ਇਹਨਾਂ ਦੇ ਬੇਟੇ ਸਨ ਰਾਜਾ ਸੀ ਬਠਿੰਡੇ ਦਾ ਗੌਰਾ ਕੋਈ ਛੋਟੀ ਗੱਲ ਨਹੀਂ ਸੀ 500 ਜਵਾਨ ਤਾਂ ਆਮ ਹੀ ਨਾਲ ਰੱਖਦਾ ਸੀ ਤੁਸੀਂ ਲੜਕੀ ਨੇ ਮਾਤਾ ਪਿਤਾ ਨੂੰ ਦੱਸਿਆ ਕਿ ਬੁੱਢਾ ਬਾਬਾ ਖੂੰਡੀ ਹੱਥ ਵਿੱਚ ਬੜੀ ਸਿਆਣੀ ਉਮਰ ਦਾ ਪਤਾ ਨਹੀਂ ਕੀ ਬੋਲਦਾ ਸੀ ਚਿੜੀਆਂ ਬਾਜਰਾ ਗਵਾਹ ਹੋ ਗਿਆ ਵਿਆਹ ਸਤਨਾਮ ਵਾਹਿਗੁਰੂ ਉਹ ਹੁਣ ਪਤਾ ਕੀਤਾ ਵੀ ਤਾਂ ਭਾਈ ਭਗਤੂ ਜੀ ਹਨ ਤਾਂ ਬ੍ਰਹਮ ਗਿਆਨੀ ਹਨ
ਇਹ ਵੀ ਪਤਾ ਲੱਗਾ ਉਹ ਸੱਚਖੰਡ ਚਲੇ ਗਏ, ਸਰੀਰ ਛੱਡ ਸੰਸਕਾਰ ਹੋ ਗਿਆ। ਆਹ ਗੱਲ ਕੀ ਹੋਈ? ਪਿੱਛੋਂ ਪਤਾ ਲੱਗਾ ਵੀ ਗੁਰੂ ਹਰਿਰਾਇ ਸਾਹਿਬ ਦਾ ਬਚਨ ਹੈ, ਇਸ ਕਰਕੇ ਉਹਨੇ ਇਸ ਤਰ੍ਹਾਂ ਕਿਹਾ। ਤਾਂ ਉਹ ਹੁਣ ਲੜਕੀ ਕਹਿਣ ਲੱਗੀ, ਇਹਦਾ ਮੇਰੇ ਬੇਟੇ ਨੇ ਭਾਈ ਗੌਰਾ ਭਾਈ ਜੀਵਾ ਛੋਟਾ। ਉਹ ਕਹਿੰਦੇ ਮਾਤਾ ਜੀ ਅਸੀਂ ਤੁਹਾਡੀ ਸੇਵਾ ਕਰਾਂਗੇ, ਕੋਈ ਗੱਲ ਨਹੀਂ, ਰਾਜੇ ਸਾਡਾ ਇੱਥੇ ਕਿਹੜਾ ਘੱਟ ਹੈ। ਤਾਂ ਉਹ ਰਹੀ ਜਾਵੇ ਉੱਥੇ। ਇਹ ਹੁਣ ਦਰਸ਼ਨ ਕਰਨ ਵਾਸਤੇ ਗੁਰੂ ਸੱਤਵੀਂ ਪਾਤਸ਼ਾਹੀ ਗੁਰੂ ਹਰਿਰਾਇ ਸਾਹਿਬ ਦੇ ਬਠਿੰਡੇ ਦਾ ਰਾਜਾ 500 ਜਵਾਨ ਲੈ ਕੇ ਸ਼ਸਤਰਧਾਰੀ ਅਤੇ ਚੱਲ ਪਿਆ। ਉਹ ਜਿਹੜੀ ਬੀਬੀ ਸੀ ਅਜੇ ਥੋੜ੍ਹੀ ਉਮਰ ਦੀ ਸੀ, 20 ਤੋਂ ਤਾਂ 30 ਤੋਂ 30 ਤੋਂ ਥੱਲੇ, ਉਹ ਕਹਿੰਦੀ ਚਲੋ ਬੇਟਾ। ਤਾਂ ਬੇਟਾ ਹੀ ਕਹੇ ਉਹਨਾਂ ਨੂੰ, ਭਾਵੇਂ ਬਾਲ ਬੱਚੇਦਾਰ ਸਨ, ਉਹ ਮਾਤਾ ਜੀ ਕਹਿਣ। ਕੀਰਤਪੁਰ ਸਾਹਿਬ ਆਏ, ਗੁਰੂ ਕਾ ਦਰਬਾਰ ਸਜਿਆ, ਸੱਤਵੀਂ ਪਾਤਸ਼ਾਹੀ ਗੁਰੂ ਜੀ ਦਰਸ਼ਨ ਦੇ ਹੀ ਰਹੇ। ਇੱਕ ਪਾਸੇ ਮਾਈ ਲੋਕ ਭਾਈ ਲੋਕ ਬੈਠੇ ਨੇ, ਕਥਾ ਵਿਚਾਰਾਂ ਹੋ ਰਹੀਆਂ। ਤਾਂ ਉਸ ਵੇਲੇ ਜਿਹੜਾ ਸਤਵੇਂ ਮਹਾਰਾਜ ਜੀ ਦਾ ਚੌਰ ਕਰਨ ਵਾਲਾ ਸਿੱਖ ਸੀ, ਉਹਦਾ ਨਾਂ ਸੀ ਭਾਈ ਜੱਸਾ। ਉਹ ਚੌਰ ਕਰਦਾ ਸੀ। ਤੂੰ ਬੈਠਿਆਂ ਬੈਠਿਆਂ ਬਚਨ ਬਲਾਸ ਜਦੋਂ ਥੋੜ੍ਹੀ ਸਮਾਪਤੀ ਹੋਈ, ਉਹ ਕਹਿੰਦਾ ਰਾਜਨ ਮੇਰੀ ਸੁਣ ਗੱਲ, ਠੀਕ ਹੈ ਗੁਰੂ ਸਾਹਿਬ ਨੇ ਬਚਨ ਕੀਤਾ, ਸੁਪਨੇ ਵਿੱਚ ਵੀ ਕੱਟ ਸਕਦੇ ਸੀ, ਚੁੱਪ ਰਹੇ ਕੋ ਬੇਨਤੀ ਕਰ ਦਿੰਦੇ, ਕੋਈ ਉਹੋ ਜਿਹੀ ਗੱਲ ਨਹੀਂ। ਹੁਣ ਤੁਹਾਡੇ ਪਿਤਾ ਜੀ ਚੜ੍ਹਾਈ ਕਰਕੇ ਸਿਆਣੀ ਉਮਰ ਸੀ, ਇਸ ਉਮਰੇ ਕਿਤੇ ਵਿਆਹ ਹੁੰਦੇ ਹੁੰਦੇ, ਪਹਿਲੀ ਗੱਲ। ਤੁਸੀਂ ਲੜਕੀ ਐਵੇਂ ਜ਼ਿੰਦਗੀ ਖਰਾਬ ਕਰੋਗੇ, ਕਿਹੜੀਆਂ ਗੱਲਾਂ 'ਚ ਪੈ ਗਏ? ਤੁਹਾਡੇ ਬੱਚਿਆਂ ਵਰਗੀ ਹੈ ਤੁਸੀਂ ਮਾਤਾ ਜੀ ਕਹਿੰਦੇ। ਤਾਂ ਮੈਂ ਗੌਰੇ ਨੂੰ ਰਾਜੇ ਨੂੰ ਕਹਿੰਦਾ ਬਠਿੰਡੇ ਦੇ ਨੂੰ, ਮੈਂ ਤੁਹਾਨੂੰ ਬੇਨਤੀ ਕਰਾਂ ਕਿ ਮੇਰੀ ਉਮਰ ਦੀ ਹੈ, ਤੁਸੀਂ ਇਹਦਾ ਵਿਆਹ ਮੇਰੇ ਨਾਲ ਕਰ ਦਿਓ। ਕਹਿੰਦੇ ਸੋਚਾਂਗੇ ਕੱਲ੍ਹ ਪਰਸੋਂ, ਬਸ ਹੋਰ ਉਹਨੂੰ ਕੁਛ ਨਹੀਂ ਕਿਹਾ। ਪਰ ਮਨ 'ਚ ਇੰਨਾ ਆਇਆ ਵੀ ਇਹਨੇ ਕਿਉਂ ਕਿਹਾ? ਉੱਧਰ ਤਾਂ ਤੰਬੂ ਲਾਏ ਹੋਏ ਨੇ 500 ਨਾਲ ਜਵਾਨ, ਉੱਧਰ ਗੁਰੂ ਸਾਹਿਬ ਦੀ ਬੜੀ ਸੇਵਾ, ਬੜਾ ਪੁੰਨ ਦਾਨ। ਉੱਧਰ ਉਹ ਜਿਹੜਾ ਕੱਚਾ ਰਸਤਾ ਸੀ ਉਹ ਸ਼ਾਮ ਨੂੰ ਜਾ ਹੀ ਰਿਹਾ ਸੀ, ਸਵਾਰੀਆਂ ਹੁੰਦੀਆਂ, ਘੋੜੀਆਂ, ਘੋੜੇ, ਆਪਣੀ ਫੌਜ ਦੇ ਬੰਦੇ ਰਾਜ 2 ਰਾਈਫਲਾਂ ਦੇ ਕੇ ਬਿਠਾਏ ਹੋਏ। ਉਹ ਜੱਸੇ 'ਤੇ ਗੋਲੀ ਮਾਰੀ, ਉਹ ਤਾਂ ਚੱਲ ਵੱਸਿਆ। ਗੁਰੂ ਸਾਹਿਬ ਨੂੰ ਲੱਗਾ ਪਤਾ ਵੀ ਚੌਰ ਕਰਨ ਵਾਲਾ ਭਾਈ ਜੱਸਾ, ਗੌਰੇ ਨੇ ਤਾਂ ਉਹ ਨਾ ਕਿਉਂ ਕਰ ਦਿੱਤਾ, ਮਾਰ ਦਿੱਤਾ, ਗੋਲੀ ਚਲਾ ਦਿੱਤੀ। ਗੁਰੂ ਜੀ ਕਹਿੰਦੇ ਗੌਰੇ ਨੂੰ ਕਹਿਣਾ ਸਾਡੇ ਮੱਥੇ ਨਾ ਲੱਗੇ, ਉਹ ਮਰਨ ਤੋਂ ਬਾਅਦ ਕੁੱਤੇ ਦੀ ਜੂਨ ਪਏਗਾ, ਫਿਰ ਗਧੇ ਦੀ ਜੂਨ ਪਏਗਾ, ਫਿਰ ਕੋਤੇ ਦੀ ਜੂਨ ਪਏਗਾ, ਫਿਰ ਮੇਘਮਾਲਾ ਬੱਦਲਾਂ ਦੀ ਜੂਨ ਪਏਗਾ, ਫਿਰ ਸੱਪ ਦੀ ਜੂਨ ਪਏਗਾ, ਫਿਰ ਬਿੱਲੇ ਦੀ ਜੂਨ ਪਏਗਾ। ਜਿਉਂ ਲੱਗੇ 101 ਸਰਾਫ ਦਿੱਤਾ ਸੱਚੇ ਪਾਤਸ਼ਾਹ ਨੇ, ਕਹਿੰਦੇ ਨਾ ਤੇਰਾ ਲੋਕ ਨਾ ਤੇਰਾ ਪਰਲੋਕ। ਨਾਲ ਕਹਿ ਰਹੇ ਨੇ ਸਾਧ ਸੰਗਤ ਸਿੱਖ ਕੀ ਕਰਨਗੇ ਗੁਰੂ ਨਾਨਕ ਦੇ, ਗੱਲ ਦਾ ਜਵਾਬ ਗੋਲੀ 'ਚ। ਇੱਡੇ ਮੂਰਖ ਹੋ ਗਏ ਨੇ ਇਹ ਰਾਜੇ ਬਠਿੰਡੇ ਦੇ, ਇੰਨੀ ਮੱਤ ਮਾਰੀ ਗਈ। ਚਲੋ ਅਸੀਂ ਸਮਝਦੇ ਹਾਂ ਉਹਨੇ ਗਾਲੀ ਕੱਢ ਦਿੱਤੀ ਸੀ, ਇਹ 2 ਕੱਢ ਲੈਂਦਾ। ਗੱਲ ਦਾ ਜਵਾਬ ਗੋਲੀ 'ਚ ਦੇਣ ਵਾਲਾ ਸਾਡਾ ਸਿੱਖ ਨਹੀਂ ਹੈ। ਹੁਣ ਦੱਸ ਦਿੱਤਾ ਵੀ ਹੋ ਗਿਆ ਤੇਰਾ ਕੰਮ, ਨਾ ਤੇਰਾ ਲੋਕ ਨਾ ਤੇਰਾ ਪ੍ਰਲੋਕ। ਇੰਨੇ ਬਚਨ ਗੁਰੂ ਜੀ ਨੇ 101 ਸਰਾਫ ਦਿੱਤੇ ਨੇ, ਲੱਖਾਂ ਯੁੱਗ ਨਹੀਂ ਉਹ ਮੁੱਕਣੇ। ਚਲਾ ਲੈ ਗੋਲੀ ਹੁਣ ਗੁਰੂ ਦੇ ਸਿੱਖ 'ਤੇ। ਹੁਣ ਰੋਂਦਾ, ਫਿਰ ਕੁਝ ਦਿਨ ਨੰਗੇ, ਮਹਾਰਾਜ ਨੂੰ ਬੇਨਤੀ ਕਰੋ ਕੋਈ ਢੰਗ ਤਰੀਕਾ ਹੈ ਬਖਸ਼ੇ ਜਾਣ ਦਾ। ਗੁਰੂ ਜੀ ਕਹਿੰਦੇ ਸਿੱਖਾ ਗੱਲ ਸੁਣ, ਗੌਰੇ ਦਾ ਨਾਂ ਸਾਡੇ ਕੋਲ ਨਹੀਂ ਲੈਣਾ, ਕਿਸੇ ਹੋਰ ਸਿੱਖ ਦਾ ਲਓ। ਵੱਡੇ ਤੋਂ ਵੱਡੇ ਪਾਪੀ ਬਖਸ਼ ਦਾਂਗੇ ਜੇ ਤੁਸੀਂ ਕਹੋ ਗੌਰਾ। ਉਹਨੇ ਸਿੱਖ 'ਤੇ ਕੀਤਾ ਵਾਰ, ਗੱਲ ਦਾ ਜਵਾਬ ਗੋਲੀ 'ਚ ਦਿੱਤਾ, ਨਾ ਉਹਦਾ ਲੋਕ ਅਤੇ ਨਾ ਉਹਦਾ ਪਰਲੋਕ, ਅਸੀਂ ਮਾਫ਼ੀ ਨਹੀਂ ਦੇ। ਇਹ ਤਾਂ ਸਾਧ ਸੰਗਤ ਆਪਾਂ ਜਾਣਨੀ, ਆਪੇ ਹੀ ਗੁਰੂ ਘਰ ਚਲੇ ਗਏ। ਸੱਚੇ ਪਾਤਸ਼ਾਹ ਖਿਮਾ ਕਰ ਦਿਓ ਜੀ, ਆਪੇ ਹੀ ਹੋ ਗਈ ਜੀ ਖਿਮਾ, ਕੋਈ ਸਬੂਤ ਹੈ? ਆਪਾਂ ਇਤਿਹਾਸ ਪੜ੍ਹ ਕੇ ਵੇਖੀਏ, ਬਾਣੀ ਪੜ੍ਹ ਕੇ ਦੇਖੀਏ ਵੀ ਸਾਡੇ ਗੁਰੂ ਸਾਹਿਬ ਕੀ ਆ।
ਇੱਕ ਨਾ ਪੁਰਾਣੀ ਕਹਾਵਤ ਹੈ, ਉਹਨਾਂ ਕੋਈ ਬੀਬੀ ਉਹ ਵਿਆਹੀ ਆਈ ਸਹੁਰੇ ਅਤੇ ਸੱਸ ਚੜ੍ਹਾਈ ਕਰ ਗਈ ਅਤੇ ਨਣਾਨ ਹੈ ਨਹੀਂ ਸੀ ਤੋਂ ਦੁੱਧ ਰਿੜਕੇ ਕਹਿੰਦੀ ਨਾ ਸੱਸ ਨਾ ਨਣਾਨ ਮੈਂ ਆਪੇ ਹੀ ਪ੍ਰਧਾਨ ਕਿਉਂ ਖਾ ਲਾਂ ਅਤੇ ਆਪੇ ਹੀ ਕਹੇ ਖਾ ਲੈ ਅਤੇ ਕਹਿੰਦੇ ਮੈਂ ਤਾਂ ਪੁੱਛ ਕੇ ਖਾਨੀ ਬਹੁਤ ਕਮਾਏ ਹੋਏ ਨੇ ਸੰਗ ਗੰਗਾ ਗਏ ਗਦਾਵਰੀ ਲੈ ਬਈ ਪਿਛਲੇ ਪਾਪ ਲੱਤ ਗਏ ਬਾਈ ਹੁਣ ਹੋਰ ਕਰੀਏ ਕੋਈ ਸਬੂਤ ਹੈ ਲੱਥ ਗਏ ਨੇ ਕੋਈ ਹੈ ਇਤਿਹਾਸ ਵਿੱਚ ਸਾਡੇ ਕੋਲ ਕੋਈ ਗੁਰਬਾਣੀ ਵਿੱਚ ਇਹੋ ਜਿਹਾ ਵੀ ਆਹ ਕੁਛ ਲੱਥ ਗਿਆ ਜੀ ਜਿਵੇਂ ਕਹਿੰਦੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਇਸ ਤਰ੍ਹਾਂ ਨਹੀਂ ਹੈ ਜਦੋਂ ਆਪਾਂ ਇਤਿਹਾਸ ਸੁਣਦੇ ਹਾਂ ਫਿਰ ਸਾਨੂੰ ਜ਼ਿੰਦਗੀ ਜੀਣ ਦੀ ਅਕਲ ਆ ਜਾਏਗੀ ਵੀ ਸਾਡੇ ਗੁਰੂ ਸਾਹਿਬ ਗੱਲ ਦਾ ਜਵਾਬ ਗੋਲੀ 'ਚ ਦਿੱਤਾ ਇੰਨੇ ਨਾਰਾਜ਼ ਹੋਏ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਸਤਿਗੁਰੂ ਮਹਾਰਾਜ ਇੱਥੋਂ ਤੱਕ ਕਰ ਦੇਣ ਕੁਛ ਸਮਾਂ ਲੰਘਿਆ ਉਹਦਾ ਰੋ ਰੋ ਕੇ ਸ਼ਬਦ ਬੜੇ ਪੜ੍ਹਦਾ ਗੌਰਾ ਸਾਰੇ ਇਉਂ ਧਿਆਨ ਨਾਲ ਸੁਣੋ ਮੇਰੇ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਦੀਨ ਦਿਆਲਾ ਜੀ ਸੁਣ ਲੈ ਬੇਨ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਮੇਰੇ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਮੇਰੇ ਦੀਨ ਦਿਆਲਾ ਜੀ ਸੁਣ ਲੈ ਬੇਨਤੀਆਂ ਦੀਨ ਦਿਆਲ ਸੁਣ ਬੇਨਤੀ ਹਰ ਹਰ ਮੁਖ ਪਾਇਆ ਹਰ ਭਗਤ ਚਲ ਹਰ ਫਿਰ ਭਗਤ ਚਲ ਹਰ ਫਿਰ ਹੈ ਨਾਨਕ ਸਰਣਾਗਤੀ ਜਨ ਨਾਨਕ ਸਰਣਾਗਤੀ ਹਰ ਨਾਮ ਚਰਾਇਆ ਦੀਨ ਦਿਆਲ ਸੁਣ ਬੇਨਤੀ ਹਾਰ ਕਾਂਡਿਆ ਪਾਵੇ ਤਿਉਂ ਰਾਖ ਲੈ
जिन्ना रोए क्या कीजै क्या कीजै करता आकर के छे जानदा सब किस जानदा सिर रोग हाथ दीजे हाथ दीजे जन नानक हृदय होत है जन नानक गुरु हृदय होत है हर भगत हर लीजे हर हर भगत हर लीजे हर लीजे अंदर कपट है मैं एक कीते जैसे मारी गोली हुन गुरु साहिब तो मिले सुराग शब्द रो रो के पढ़दा तंबू च कोई असर नहीं अरदासां बेनतियां कुछ दिन बाद आके सिकनगा सच्चे पातशाह बड़ा रोंदा गहरे समा हथ नहीं आ रहा महाराज कहते भाई गुरु का उदा ना साडे कोल नहीं लेना भावें मर जावे रो रो के उदा ना साडे कोल नहीं लेना उन्हूं अकल चाहिए सी जे उहदे कोल शक्ति आ गई 500 जवान सी नाल शस्त्रधारी एक चौर करन वाले गरीब ते गोली सिख की करनगे आने वाले समय इस करके सी शक्ति कर दी है कोई हिम्मत ही ना पे किसी दी कि इं कोई वार करे ये शास्त्र इस करके गुरु हरगोबिंद महाराज को शास्त्र सन सिखा को सन कि चलाते जोड़ा चढ़ के आवे इस तरह किया है गौ गरीब की रक्षा करने वास्ते सिख है कि मारन वास्ते तो सिखा उसका ना नहीं लेना जाके दस दिता गौरा जी ए बठिंडे दे राजा उत्थे नहीं किसी दी चलदी गुरु साहिब कहिंदे नाम ही नहीं लेना ऐसा करके अच्छा बड़ा रोंदा बड़िया अरदासा बड़िया बेनतियां बेचारे सी भी ये नहीं कोई गल किसी को हाँ महाराज हाँ हाँ हो गए माफी होगी जी हो गए इस तरह नहीं होंदा कर्म कई किस्म दे कुछ टलदे ने कुछ भोगने पैंदे ने जो इंसान कर्म करता है एक किरे मान है कीता गया किरत कर्म के विछड़े किरत देखिए आप किरत जड़ी करते हैं ठीक है ना आ तंदा कम किरत वो कीते हुए कर्म ने हथा नाल अखा नाल पैरां नाल पैरां कन्ना नाल किसे दे कीते ते नहीं अपने किते किरत कर्म के विछड़े कर कृपा वेलो राम ता यह किरे मान कीते हुए अपने बीजे हुए वो जमा हो गए त्रिकुटी विच एहन सिंचित कर्म है हुए कर्मां दा बीज बन गया पै तीसरी आ परालब्ध जो पिछले जन्मां च बीजे सी वो हुण भोग रहे हैं जिहड़े हुण बीजांगे गां वड लांगे एक ना भाई दयालदास होया वी इन्हां दे अगे अंसा विच दसवें महाराज दे समय होया भाई दयालदास इहदी बेटी जिथे ब्याही गई वह कोई इहो जिही सन जी आम कहिंदे कख नहीं पता ना गुरुद्वारे जाना ना गुरु घर जाना बस कम कर छड़िया तो ठीक तो उत्थे एक नौ साल का कोई साधु संत आ गया खड़ावा चोला कोई संत लगते ने भाई तो यह बीबी दयालदास की लड़की कहती बाई अज हूँ सवेर तो वह कहते बाई मामा डर कालका वो फिर बच्चे नहीं संतन नहीं नौ साल का उन्हें सवाल किया बाई तुम कर क्या अचार बीबी जी कहते ने भाई दयालदास दिस पुत्री हम कर बासी खाते हैं सस ने लिया सुन पाप वाड़ा दिता रोज सवेरे पकाने दोपहरे भी लोग दो टाइम खाते तीन तीन टाइम दुध घ्यो बहुत ये प्यो ने मत दी इन दयालदास ने कहते बड़े गुरमुख ने
अकल दिती लोकां साधु संतां नूं शिकायतां लाउंदी है असीं बहियां खाने किदां तैनूं बहियां दित्तियां सी ओ मुंडा वी ओ चुड्डू जिहा लाई लग जा उहनूं बड़ा चुकिया पुट्टिया ओह तां सिड़दा ही सहुरे पिता कोल दयालदास दे सति श्री अकाल जी ओ अपनी धी नूं समझा लो ओह नहीं उत्थे रहि सकदी इह की हो गया तां बड़ी सियाणी रब दा नां लैण वाली सियाणी कहिंदे साडा तां सड़िया कख नहीं उस सस ने पाप फाड़े दिते तो दयालदास जी कहते चल बेटा मैं चलता सारा टब्बर कट्ठा किया की गल हुई तुसी कहने सच बोल दी इन्हों को सच गल दस जी संतान ने की इन्हें उदण कहती मैं सच दस दी माता जी कोई गल ही हो जी एक ना लड़का सी नौ साल का संतान के रूप में सी ते सवेरे सवेरे आया मैं क्या भाई अज सवेर भी तेरी डिगी उम्र हुणे ही भगत बन गए लोगों तो बुढ़े हो जाते फिर मौत याद नहीं तो काका कहिंदा सी पिता जी बाई मामंडार काल का के मैं मौत तो डरता भगत बन गया नौ साल की उम्र उन्हें भी एक सवाल पूछा कि बाई तुम कर क्या आचार थोड़े तो बीबी जी भैन जी किवें हिसाब किताब किवें रेंदे हो तो मैं क्या जी हम कर बासी खात है हाँ 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 इदों तो चंगी है सच बोलती आज तो गल है पुआड़े वाले दसो कि दिन तेन बहियां दतिया ना कि गुरुद्वारे गए ना संगत बच्चे गए अपने आप ही मछले फिरते बड़े ही अकल वाले अकल दवानी दिन सी दयालदास के कुड़मन गल कहते सची की तुहाडी धी ने कहते पिता जी इन्हों समझाओ इन्हों के खाने च नहीं जी बहनी हम कर बासी मैं ये क्या सी ए संत जी जिहड़ा पिछले जन्म बीजा हुण वढ रहे जिहड़ा हुण बीजांगे अगले जन्म आ कहते ज्ञान की गल कड मारी सू पता ही नहीं उत्थे इंग्लैंड चले जाओ अमरीका अफरीका जर्मन फ्रांस सिख उ रेंदे सिख थोड़े तरीके माड़ी मोटी गल हो ही जाती है नूह तियाँ को चीज डिग पी ये वो हो ही जाता एक रबी है जोड़ा नहीं भुलता तो सस पता की कहती बेटा क्या हो गया है वो कहती माता जी सॉरी तो गल खत्म साढ़े इतने इंडिया च जिनी देर तक 11 पंचायत हो ना जान सॉरी मगरों नहीं लथने 12वीं पंचायत भावें कम नेड़े नेड़े लगे गल कुछ भी नहीं तो दयालदास जी कहते हो मूर्खों का टब्बर तो तुसी तो संतान नाल तो गल इस तरह ही करनी सी ना उन्हें कर्मां की बंदगी दी कीती उन्हें मौत की दसी उन्हें पूछा तुहाडे किवें हैं तो उन्हें दसिया तुहाडी नूह ने मेरी बेटी ने भी जिहड़ा पिछला बीजा वढ़ रहे तुसी वो वकीलों विचों पॉइंट लै लिया ही कदों बहियां खाने पा पाड़ा दिता कितने आम घर वड्डिया वड्डिया पंचायतां उहदी तह तक जाओ गल कख भी नहीं जीरो वधाई जानी वधाई जानी वधाई जानी वधाई जानी तदे कहिंदे पढ़िया लिखे दुनिया कुछ समझदार होंदी है तो विचार हो रही सी हुण गौरे नूं जा के दसदे ने गुरु साहिब कहिंदे उहदा नाम ही ना लो बड़ा रोंद भी रोंदया मसले हल हो जाते हैं चलो अंदरों हिरदा नहीं गया ठीक पाप कर बैठिया अंदरों मन कंबदा है कि मैं गौरा वह बंदा हाँ 500 जवान राज भाग के अपमान हंकार एक चौर करने वाला भाई जस्सा जी गोली चला दी मार दिता ता गुरु साहब नाराज ने यह अपमान होंदा है राजन त अभमानंग अभमानंग त नरकन कर राज हंकार ते बाद सकुंभी नरकों भी तैयार नहीं कटने वास्ते एवें नहीं वेदां विच लिख दिता ये अभमान छे किस्म का होंदा है मैं राजा हाँ दूसरा मेरे को फौज बड़ी है शास्त्र बड़े ने जिदा मर्जी गल कुट दें कि रब है नहीं जिन्हें सृष्टि बनाई दो तीसरा धन का अपमान जिन्ना मेरे को पैसा किसी को है ही नहीं त्रेते युग में पहला नंबर सी रावण का 360 कोह सोने की लंका किसी को 5-7 तोले हो ही नहीं बंदे बंदा समझता मेरे को सोना सारी लंका सोने ऐ सोने की इट्टां नाल बड़े बड़े महल बने हुए पर जो गुरबाणी की कसौटी ते लग्या उहदा जीवन असी अपने गुरु नूं पुछिए गुरु ग्रंथ साहिब महाराज जी रावण जिहड़ा बादशाह होया जी
ਤੁਹਾਡੀ ਨਿਗਾਹ ਵਿੱਚ ਕਿੰਨਾ ਕੁ ਚੰਗਾ ਜੀ। ਚਾਰ ਵੇਦ ਨੂੰ ਜਵਾਨੀ ਜਾਤ ਜੀ, ਬੜਾ ਗਿਆਨੀ ਸੀ ਉਹ। ਤਾਂ ਸਾਡੇ ਗੁਰੂ ਸਾਹਿਬ ਕਹਿੰਦੇ ਮੂਰਖ ਰਾਮ, ਆਹ ਮੂਰਖ ਬਣਾ ਕੇ ਪਰਾਂ ਸੁੱਟ ਦਿੱਤਾ, ਛੱਤੀ ਫਿਰਦੇ ਤੇਰੇ ਵਰਗੇ। ਜੀਵਨ ਜਦੋਂ ਗੁਰਬਾਣੀ ਨਾਲ ਲੱਗਦਾ ਨਾ, ਵੇਖਿਆ ਜਾਂਦਾ ਕਸਵੱਟੀ 'ਤੇ, ਫਿਰ ਪਤਾ ਲੱਗਦਾ ਵੀ ਆਪਾਂ ਕਿੰਨੇ ਕੁ ਪਾਣੀ 'ਚ। ਧਨ ਦਾ ਅਭਿਮਾਨ, ਪੈਸਾ, ਰਾਜ ਦਾ, ਇਹ ਫੌਜ ਦੀ ਸ਼ਕਤੀ ਦਾ, ਸੁੰਦਰਤਾ ਦਾ, ਮੇਰੇ ਜਿੰਨਾ ਦੁਨੀਆਂ 'ਤੇ ਕੋਈ ਸੁੰਦਰ ਹੀ ਨਹੀਂ। ਅਭਿਮਾਨ ਹੀ ਹੈ ਨਾ ਭਾਈ, ਹੰਕਾਰ ਹੀ ਹੈ ਨਾ, ਮੇਰੇ ਜਿੰਨਾ ਕੋਈ ਦੁਨੀਆਂ 'ਤੇ ਪੜਿਆ ਹੀ ਨਹੀਂ। ਬਸ ਜਿਹੜੀ ਮੈਂ ਵਿੱਦਿਆ ਪੜ੍ਹ ਲਈ ਹੈ ਨਾ, ਪਤਾ ਨਹੀਂ ਰੱਬ ਨੇ ਵੀ ਬਣਾਈ ਸੀ ਕਿ ਨਹੀਂ, ਇਹ ਮੇਰੇ ਕੋਲ ਹੀ ਹੈ। ਅਭਿਮਾਨ, ਹੰਕਾਰ, ਇਹ ਚੰਗਾ ਨਹੀਂ ਹੁੰਦਾ। ਹੰਕਾਰ ਵਾਲਾ ਸਾਰੀ ਦੁਨੀਆਂ ਦੇ ਗ੍ਰੰਥ ਪੜ੍ਹ ਲਏ, ਉਹਦਾ ਫਿਰ ਵੀ ਭਲਾ ਨਹੀਂ ਜੇ ਹੁੰਦਾ, ਕੁਛ ਛੱਡੇ ਹੀ ਨਾ। ਗੁਰਬਾਣੀ ਵਿੱਚ ਬਹੁਤ ਕੁਛ ਦੱਸਿਆ, ਪਰ ਸਾਨੂੰ ਸਮਝ ਨਹੀਂ, ਸਾਨੂੰ ਪਤਾ ਨਹੀਂ। ਇਸੇ ਤਰ੍ਹਾਂ ਕਈ ਕਿਸਮ ਦਾ ਇਹ ਜਵਾਨੀ ਦਾ ਅਭਿਮਾਨ, ਮੇਰੇ ਜਿੰਨਾ ਦੁਨੀਆਂ 'ਤੇ ਕੋਈ ਤਕੜਾ ਹੀ ਨਹੀਂ। ਉੱਥੇ ਨਾ ਨਵੇਂ ਸ਼ਹਿਰ ਦੇ ਨੇੜੇ ਸਾਨੂੰ 1978 ਵਿੱਚ ਇੱਕ ਬੰਦਾ ਬਹੁਤ ਆਈ ਜਵਾਨ ਜਿਹਾ, ਤੂੰ ਜੀ ਵਾਹਵਾ ਮੰਨਿਆ ਪਰ ਮੰਨਿਆ, 78 ਦੀ ਗੱਲ, ਇੱਕ ਬੀਬੀ ਸੀ, ਗੱਲ ਤਾਂ ਲੰਮੀ ਹੈ। ਉਹਨੇ ਉਹਦੇ ਨੱਕ 'ਤੇ ਰੰਬਾ ਮਾਰ ਕੇ ਮਾਰ ਛੱਡਿਆ। ਹਾਥੀ ਕਿੱਡਾ ਬਲਵਾਨ, ਸੋਮਣ ਪਾਰ ਹੁੰਦਾ, ਕਿੱਡਾ ਤਕੜਾ, ਜਦੋਂ ਮਰਦਾ ਤਾਂ ਕੀੜੀ ਕੋਲ ਮਰ ਜਾਂਦਾ। ਇਹਦੇ ਤਾਂ ਹੀ ਫੂਕ ਮਾਰ ਮਾਰ ਕੇ ਆਇਆ ਨਾ, ਕੀੜੀ ਚੜ੍ਹ ਜਾਏ ਦਿਮਾਗ 'ਚ, ਬਸ ਹਾਥੀ ਖਤਮ। ਜਿਵੇਂ ਗਿਰੀ ਬਦਾਮ ਦੀ ਲੋਕ ਖਾਂਦੇ ਨਾ, ਅਤੇ ਘੋੜਾ ਅੱਧੀ ਗਿਰੀ ਖਾ ਲਏ, ਮਿੰਟ ਦੋ ਨਹੀਂ ਕੱਢਦਾ, ਖੜਕ ਥੱਲੇ ਮਰ ਜਾਏਗਾ। ਏਡਾ ਵੱਡਾ ਹਾਥੀ, ਰੱਬ ਨੇ ਉਹਦੀ ਮੌਤ ਕੀੜੀ 'ਚ ਰੱਖੀ, ਲੈ ਇਹਦੇ ਤੋਂ ਜਾ। ਅਭਿਮਾਨ, ਮੈਂ ਕੀ ਸਮਝਦਾ ਕੀੜੀ ਤੋਂ, ਕੀੜੀ ਨੂੰ ਫੂਕ ਮਾਰੀ ਉੱਡ ਜਾਣੀ, ਪੈਰ ਥੱਲੇ ਹਜ਼ਾਰਾਂ ਮਾਰਦਾਂਗਾ, ਪਰ ਮੌਤ ਦੇਖੋ ਹਾਥੀ ਦੀ ਕੀੜੀ 'ਚ ਰੱਖੀ। ਵਾਹਿਗੁਰੂ ਨੇ ਇਹ ਅਭਿਮਾਨੀਆਂ ਦਾ ਇੰਤਜ਼ਾਮ ਵੀ ਮਹਾਰਾਜ ਨੇ ਐਂ ਰੱਖਿਆ ਵਧੀਆ ਕਰਕੇ, ਵੀ ਅਕਲ ਵੀ ਟਿਕਾਣੇ ਕਰ ਦਿੰਦਾ ਪਰਮੇਸ਼ਰ, ਮੈਂ ਤਕੜਾ। ਤੋ ਇੰਨਾ ਅਭਿਮਾਨ, ਰਾਜੰਗ ਤਾਂ ਅਭਿਮਾਨੰਗ, ਅਭਿਮਾਨੰਗ ਤਾਂ ਨਰਕ ਅੱਗੇ। ਹੁਣ ਰੋਂਦਾ ਗੌਰਾ ਵੀ ਆਹ ਕੀ ਹੋਇਆ। ਸਿਆਣੇ ਵਿੱਚ ਹੁੰਦੇ ਨੇ ਫੌਜ ਦੇ 500 ਸੀ, ਕਹਿੰਦੇ ਰਾਜੇ ਨੇ ਅਸੀਂ ਕੁਛ ਕਹਿ ਨਹੀਂ ਸਕਦੇ, ਪਰ ਗੁਰੂ ਘਰ ਆਉਣ ਲੱਗਿਆ ਕੁਛ ਅਕਲ ਚਾਹੀਦੀ ਹੈ ਤੇਰੇ, ਇੱਥੇ ਹੰਕਾਰ, ਮੇਰੇ ਕੋਲ 500 ਜਵਾਨ, ਆ ਕੀ ਕਰਮ ਹੋ ਗਿਆ ਤੇਰੇ ਕੋਲ, ਹੁਣ ਸੁਣਾ ਰਹੇ ਸੱਚੇ ਪਾਤਸ਼ਾਹ ਦੇ, ਉਹਦਾ ਨਾਂ ਵੀ ਨਾ ਮੇਰੇ ਕੋਲ ਲਵੇ ਕੋਈ ਗੌਰੇ ਦਾ, ਇਹ ਹੁੰਦਾ ਕੌਣ। ਬੜਾ ਪਛਤਾਉਂਦਾ, ਬੜਾ ਰੋਂਦਾ, ਪਰ ਸਮਾਂ ਬੀਤਿਆ, ਸਾਧਸੰਗ ਅੱਜ ਤੱਕ ਕਦੀ ਕਿਸੇ ਦੇ ਹੱਥ ਨਹੀਂ ਆਇਆ। ਬਿਨਾਂ ਵਿਚਾਰੇ ਜੋ ਕਰੇ ਸੋ ਪਾਸੇ ਪਛਤਾਏ, ਸਗਲ ਬੋਲਣ ਕੇ ਮਾਹੇ ਵਿਚਾਰ। ਸਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇੱਕ ਗੱਲ ਦੀ ਵਿਚਾਰ ਕਰੋ, ਸੋਚੋ ਪਹਿਲਾਂ ਇਹ ਕੀ ਕਰਨਾ, ਪਰ ਨਹੀਂ ਅਕਲ ਕੰਮ ਕਰਦੀ। ਅੱਜ ਝੋਨੇ ਜੇ ਕਣਕਾਂ ਵੱਡੀਆਂ ਵੀ ਨਹੀਂ ਗਏ, ਤਾਂ ਹੁਣੇ ਕਿਹੜਾ ਬੀਜ ਲਿਆਉਣਾ, ਕਿੱਥੋਂ ਹਰਿਆਣਿਓ ਮਿਲਦਾ, ਕਿੱਥੋਂ ਸੁਸਾਇਟੀ 'ਚ ਮਿਲਦਾ, ਥੋੜ੍ਹੀ ਖਾਦ ਬਹੁਤ, ਹੁਣੇ ਹੀ ਸੋਚਣ ਡਏ ਨੇ। ਅਜੇ ਕਣਕਾਂ ਨਹੀਂ ਵੱਡੀਆਂ ਗਈਆਂ ਅਤੇ ਝੋਨੇ ਦੇ ਵੀ ਆਉਣੇ ਸ਼ੁਰੂ ਹੋ ਗਏ ਨੇ, ਕੀ ਕਦੇ ਜੀਵਨ ਬਾਰੇ ਵੀ ਸੋਚਿਆ। ਸਗਲ ਬੋਲਣ ਕੇ ਮਾਹੇ ਵਿਚਾਰ, ਇਹ ਸਾਡੀ ਜ਼ਿੰਦਗੀ ਦਾ ਬਣੇਗਾ ਕੀ, ਮਰਨਾ ਵੀ ਹੈ ਕਿ ਨਹੀਂ ਹੈ, ਬਾਣੀ ਵਿੱਚ ਇਉਂ ਦੱਸਿਆ। ਚੇਤਨ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਨੀ ਚਿੰਨ ਚਿੰਨ ਔਰ ਵਿਹਾਰ ਹੈ, ਚਿੰਨ ਚਿੰਨ ਔਰ ਵਿਹਾਰ ਹੈ, ਉੱਤੇ ਘੱਟ ਜੋ ਪਾਨੀ ਹਰ ਗੁਣ ਕਾਇਨ ਗਾਵੇ, ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ, ਸਤਿ ਸ਼੍ਰੀ ਅਕਾਲ।
त्याग के मैं मरन पिछाना आज कुछ बिगड़ो नहीं जो प्रभु गुण गावे जो नानक दे भजन ते जो नानक दे भजन ते निरपै पद पावे जितन है तो चेतन है जाना भुलिया हुआ है कहते गौरे ने एडा वा काम किया मेरे को 500 चवान इन्ने हथियार इन्ने कोले ये की कर लेगा मेरा गुरु साहब का नहीं सी पता मिल गए प्रसाद सती पातशाह गुरु साहब इधर बाबा तीरमल जी करतारपुर साहब विच रहे उन्होंने चिट्ठी लिखी अपने छोटे भाई भाव गुरु महाराज सती पातशाह सच्चे पातशाह मेरिया भुला खिमा करो आप गुरु साहब मैं ईरखाई करता रहा मेरी मत थोड़ी सच्चे पातशाह आप कृपा करो करतारपुर साहब दर्शन दो महाराज संगतों दर्शन बख्शो बहुत सारी संगत चरण पौन लैके अपना जन्म सफला करे जरूर ही गरीब नवाज कृपा करके दर्शन बख्शो इत्थे मैं अगों आंडी लैण वास्ते आवांगा जिन्ना हो सकिया वध तो वध सत्कार प्यार गुरु घर नाल और आप जी नाल इह चिट्ठी आ गई कीरतपुर साहिब गुरु जी कहिंदे भाई पढ़ के सुनाओ संगत विच संगत हैरान है इह बदल गया ये गुरु साहब का वड्डा भाई बाबा धीरमल किहो जिहा लिख लैंदा चिट्ठी विच सच्चे पातशाह कितने होर ही गल इहो जी ना करे गुरु जी कहते नहीं हुण इहने अंदरों लिखी है सच लिखिया कोई इहो जी उन्नी छल करके साडे नाल की करना कोई इहो जी गल तो चलना चाहिए तैयारियां होण लगियां संगत आई उधरों लाहौर वालों इधरों उधरों गुरु साहब पलंग ते आराम करते होने आवाज सुनी बड़ी छेती नाल उठे थोड़ी जी रगड़ गोडे ते गुरु जी दे लग गई हजूरिया सिख गरीब राज एक ही गल कहिंदे भाई संगत बाणी पढ़दी हुंदी सी मैं मंजी ते सी गुरु साहब ते थले आ गए हुण तां गुरु ग्रंथ साहब दे सामने कुर्सियां ते बांदरां वांगू बह जांदे सामने ਸਾਡੇ ਵਿਆਹ ਹੈ ਤਦੇ ਮਗਰੋਂ ਰੋਂਦੇ ਫਿਰਦੇ ਆ ਬਿਹਾਰ ਅਤੇ ਸਾਧ ਸੰਗਤ ਲੜਾਈ ਹੋ ਗਈ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਸੁਣਾਉਂਦਾ ਆ ਗੁਰੂ ਸਾਹਿਬ ਦੇ ਸਾਹਮਣੇ ਕੁਰਸੀਆਂ ਬਿਹਾਰ ਅਤੇ 22 ਸਾਲ ਹੋ ਕੇ ਜਾਂਦੇ ਆ ਬੜੇ ਅਮਰ ਸਿੱਖਿਆ ਪਤਾ ਨਹੀਂ ਮਗਰੋਂ ਕੌਣ ਪੜ੍ਹਾ ਗਿਆ ਉਹਨਾਂ ਕਿਹਾ ਚੁੱਕ ਲਓ ਉਹਨਾਂ ਚੁੱਕ ਲਈਆਂ ਦੂਜੇ ਗੁਰਦੁਆਰੇ ਤੀਜੇ ਛੇਵੇਂ ਵਾਲੇ ਅੜ ਗਏ ਉਹਨੇ ਲੰਗਰ ਛਕਾਇਆ ਕਿ ਹੁੰਦਾ ਪੂਰੇ ਨਾ ਪ੍ਰਦੇਸ਼ ਅਤੇ ਪੁਲਿਸ ਪਤਾ ਡੀ ਜੀ ਪੀ ਇਹੋ ਜਿਹੇ ਕੁਛ ਕਹਿੰਦੇ ਉਹਦਾ ਮੈਂ ਨੰਬਰ ਲੈ ਲਿਆ ਤੁਹਾਨੂੰ ਲੋੜ ਮੈਂ ਲੋੜ ਕੇ ਦੁਆਨ ਲਾਉਣਾ ਸਾਡਾ ਕੋਈ ਗੱਲ ਹੈ ਉਹਨੂੰ ਕਿਹਾ ਭਾਈ ਕੁਰਸੀਆਂ ਚੁੱਕ ਲਓ ਉਹ ਥੱਲੇ ਡਾਹ ਲਓ ਕਹਿੰਦੇ ਉਹ ਗੁਰਦੁਆਰਿਆਂ 'ਚੋਂ ਚੁਕਾਏ ਹੋਏ ਇੱਥੇ ਨਹੀਂ ਚੁੱਕੀਆਂ ਜਾਣਗੀਆਂ ਚਲੋ ਤੀਸਰਾ ਦੀਵਾਨ ਹੋ ਗਿਆ ਮਾਸਟਰ ਜੀ ਮੇਰੇ ਨਾਲ ਸੀ ਆਤਮਾ ਸਿੰਘ ਵੀ ਸੀ ਅਸੀਂ ਜੀ ਬਾਈ ਜਾਣੇ ਮੈਂ ਕਿਹਾ ਦੇਖੋ ਮਹਾਰਾਜ ਦੇ ਸਾਹਮਣੇ ਕੁਰਸੀਆਂ ਡਾਹੀਆਂ ਅੱਜ ਵੀ ਵਿਆਹਾਂ ਚਾਰ ਡਾਲ ਲਈਆਂ ਬਾਂਦਰਾਂ ਵਾਂਗ ਬਹਿੰਦੇ ਨੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋ ਤਾਂ ਫਿਰ ਆਪਣੇ ਵੱਲੋਂ ਵੇਖੋ ਅਸੀਂ ਕੀ ਕਰਦੇ ਹਾਂ ਬਸ ਆਪੇ ਪਤਾ ਲੱਗ ਜਾਏਗਾ ਵੀ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ ਉਹ ਕਹਿੰਦੇ ਨਹੀਂ ਚੁੱਕੀਆਂ ਜਾਣੀਆਂ ਮਾਈਆਂ ਨੂੰ ਤਾਂ ਕੱਢਿਆ ਬਾਹਰ ਗੁਰਦੁਆਰੇ ਜਾਓ ਭੈਣਾ ਜਾਓ ਨਾਲ ਦਿਨ ਪਹਿਲਾਂ ਆਪਣਾ ਮੈਂ ਦਰਵਾਜ਼ੇ ਬੰਦ ਕਰੋ ਕਹਿੰਦਾ ਹੁਣ ਲੱਗਿਆ ਤੁਹਾਨੂੰ ਵੱਢਣ ਹੁਣ ਦੇਖੋ ਵਾਹਿਗੁਰੂ ਕਿਹੜੀਆਂ ਕਰਦਾ ਇੰਨੀ ਛੇਤੀ ਹੈ ਜੇ ਕਿਰਪਾਨ ਥੋੜ੍ਹੀ ਜਿਹੀ ਘੁੰਮੀ ਦੋ ਕੁ ਦੇ ਧੌਣ 'ਚ ਮੈਂ ਧੌਲ ਜੀ ਮਾਰੀ ਫੱਟ ਕੁਰਸੀਆਂ ਥੱਲੇ ਐਡਾ ਕਥਾ ਨਹੀਂ ਕਰਦਾ ਆਤਮਾ ਸਿੰਘ ਬਾਬਾ ਜੀ ਤੁਸੀਂ ਮਰ ਜਾਣਾ ਮੈਂ ਤਾਂ ਜੇ ਗੁੜੀਆ ਦਾ ਵਿਆਹ ਕਰਨਾ ਐਡਾ ਕਥਾ ਤੁਸੀਂ ਮਰ ਜਾਣਾ ਮੈਂ ਕਿਹਾ ਚੋਰੀ ਤੂੰ ਰਾਜੀ ਰਹੋ ਕੋਈ ਗੱਲ
तो कोई गल नहीं, आपे ठीक हो जाएगा। बाकी चौं पंजां ने चंगा साथ दिता। किते व्याह होवे ना ऐ सामने डाइयां होंदियां। अच्छा ग्रंथी नहीं जे टोक सकदे, मैं पक्के तजर्बे दी गल करदा, ग्रंथी टोके चुक बिस्तरा, असी वह लियावांगे जिहड़ा साडे हक्के लगे। वह गुरु के सत्कार की गल कर जीनी नहीं देंदे। 60-80 साल पिछे चलो ग्रंथियां नू बड़े बड़े बजुर्ग भी भावें 20 साल का बाबा जी सत श्रीकाल, बाबा जी सत श्रीकाल, इन्ना सत्कार हुण तां नौकर समझदे ने। वह मर्यादा की गल करता है, वह सवेर नू दा बिस्तरा गोल, कहते चल इतों वह लियावांगे जिहड़ा साडे अखे लगे, चल इतों। तो इस तरह कई थावां ते ऐसा होया, वो गुरु साहब दे गुरु नानक स्वरूप बड़ी छेती कहते बाणी पढ़ते आ रहे सी, ते आ गोटे ते ना थोड़ी रगड़ जी गुरमुखा लग गई। पंजाब दीवान सी, उत्थे भी बेनती कीती सी, इत्थे भी मैं कर दिना। 43 पिंड कट्ठे होकर रखते ने, 10 चक्कर लगे ने कानवाल, ते 10,000 अमृतारी हो गया एवरेज। बाकी तो चुकी चौपी भली कि दुनिया सुधर गई। उत्थे ना ट्रालियां ते गुरु ग्रंथ साहिब दीआं पंक्तियां लिखियां मैं, वाह सिखो कर दो प्रचार। जदों तुसीं मानदे हो कि गुरबाणी गुरु सरूप है, तो फिर ट्रालियां ते क्यों लिखदे हो? घट्टा नहीं पैंदा, लेबर जुत्तियां पा के नहीं चढ़दी, गन्ना नहीं इहदे ते लद्दिया जांदा। ये बेदबी हो रही है कि सत्कार हो रहा है? गड्डियां ते लिख देणगे ये भी दातरी दतार कोई कुछ, इदू ते गड्डियां ना ही होंदियां ते चंगा सी। गुरबाणी का सत्कार तो रहिंदा। आ दुनिया फिर चढ़ी आ, 26वीं गड्डी 25 कस गई है कि सानू साध संग शाही नहीं मिली अज तक हिंदुस्तान भी। असी कोई पंक्ति लिख दईए गड्डिया ते पता नहीं कितने कितने महाराष्ट्र च, राजस्थान च, मध्य प्रदेश, पंजाब, हरियाणा, बिहार, बंगाल, बड़िया अनाउंसमेंटा कीतियां। सिखो रब का वास्ता दे बाणी का सत्कार करो, वो हट जाओ लिखो गड्डिया तो। फिर दुखी होंगे ने, फिर हस्पतालों च जाते हैं। रब ने तुसी बाणी नाल कट की, जे तुहाडे ना होगी तो फिर की है? जिन्नी चिर तक असी गुरबाणी का सत्कार नहीं करते, साडा भला नहीं। जे ये पक्का ही सोच लो बस, उन्ना चिर गल नहीं बढ़नी। वध तो वध, सब तो वध जिन्ना कोई कर सकता है। हुण लै लो आ स्टेज की गल, गुरु अमरदास महाराज ने 72 पीड़े माइयां दिते, पीड़े अजे भी संगतां संभाल करके इहदे ते बैठ के कथा करो। 22 मंजियां 2.5 फुट चौड़ियां, 5 फुट लंबियां, मैं दर्शन किए मंजियां दे, ऐदे दे बह के कथा करो। बाकी तो संगत थले ही होएगी ना। ये गुरु साहबां ने जो किया चंगा किया, ठीक किया, साढ़े भले वास्ते किया। तो हजूर कह रहे ने, जय पैर बाणी अदब न धारा, सत्य पातशाह बचन सो सिख जानो ना ही हमारा। गुरु जी कहते जिन्हों बाणी का ही सत्कार नहीं, वो साडा सिख नहीं। सात संगत जी जो गुरु का ही नहीं, फिर किधर गया? आप ही बंदा सोच ले भी जो गुरु क्या दा है ही नहीं, वो गया किधर? उसकी रूह का बनेगा की? वो जाएगा कितने? जय पै बाणी अदब न तारा, सो सिख जानू ना ही हमारा। महाराज कहते जो बाणी का सत्कार ही नहीं करता, वो मेरा सिख ही नहीं है। हम गुरु साहब ने तैयारे किए, सच्चे पातशाह का परिवार भी नाल ही, ते साहबजादे भी नाल ही ने, छोटे छोटे ने, राम राय जी ते 8वें महाराज जी तो बिल्कुल ही जी छोटे जे ने, सरी करके छोटा करना जानिए जे गुणवंता हो। चल पै रात गुरु साहब दे 5 घोड़सवार अगे अगे जा रहे ने पिंडा च, कि साध संगत जी सच्चे पातशाह आ रहे ने, सतवीं पातशाह जिन्हां ने दर्शन करने हो रस्तियां ते आ जाओ। लैणा ही लगियां संगतां दी लैणा ही, ते ओ अगे गुरु साहब पिछे होर हजारां सिख, सब तो पिछे गुरु के महल ते छोटे छोटे साहबजादे ते दासियां नाल, ते जाओ गड्डे गुड्डे हिकण वाले सेवादार। इधरों ना फौज आ रही सी 7,000, उन्हां कोल तोपां रैफलां नेजे परछे कृपाना। ਇਹ ਕਹਿੰਦਾ ਉਹ ਕੌਣ ਜਾ ਰਿਹਾ ਹੈ? ਇਹ ਕਹਿੰਦਾ ਗੁਰੂ ਸਾਹਿਬ ਦਾ ਪਰਿਵਾਰ। ਕਿਹੜੇ ਗੁਰੂ ਦਾ? ਆਪਸ ਵਿੱਚ ਗੱਲਾਂ ਕਰਦੇ ਨੇ ਮੁਗਲ। ਇਹ 7ਵੇਂ ਮਹਾਰਾਜ ਦਾ। ਫਿਰ ਵੀ ਇਹ ਉਹ ਇਤਨੀ ਜਿਹਨਾਂ ਦਾ ਦਾਦਾ ਸਾਡੇ ਨਾਲ ਲੜਦਾ ਰਿਹਾ,
हाँ कहिंदे गल चो गल ही कढ़नी सी। एक साखी सुनांदे सी बड़े पुराने समय भी, एक शेर सी तो पानी पीन दिया ते सया भी पीन दिया। वो कहिंदा पानी झूठा करी जाना होए, कहिंदा सरकार बादशाह झूठा ते तुहाडा मैं पी रहा, पानी तुहाडे वल्लों मेरे वल आ रहा जी, मैं गरीब ने तुहाडा मरना झूठा पानी करके। वो कहिंदा नहीं, पिछले साल तेरे प्यो ने उधरों पीता सी ते उन्हूं खा गया साहिब। बड़ी पुरानी साखी है, साखी प्रमाण पुराने। अजकल वर्गे जो हम शब्द इन्हें है नहीं जी। वो कहते इन्हों के जेडे दादा जी से उन्होंने युद्ध किए, साड़ी इन्नी फौज मार दी तो आप इन्हों का कम नबेड़िए, ला लो तोपा बीड़ दो रैफलां, एक ना जाए सिख तो ना ए गुरु के महल, तो छोटे छोटे साहबजादे। तो गौरा बठिंडे का राजा 500 पहलवान नाल फौजी वह पिछे पिछे आ रहा। इधर इन्होंने तैयारियां कर लिया। वो कहता गल सुनो खान साहब, आ किधर तैयारी कर ली तुहाडी फौज ने? कहिंदा गुरु साहब का परिवार मारांगे, ये माइयां बीबियां बच्चे एक नहीं जान देना, इन्हां दे दादे ने साडा छड्डिया कख नहीं। कहिंदे दादे नाल लड़ लैणा सी तुसीं फिर? कहिंदे नहीं, हुण फौजी बड़े ट्रेनिंग हुंदा है, फटाफट वो जिहड़े गड्ढे लाए जांदे उह तोपां पीण लग पए, रैफलां ठीक करन लग गए, शस्त्र बनन लग पए वी घेरा पा लो ए गड्ढियां नूं। ते गौरा कहिंदा इह 500 जवान हुण जिंदे रहना कोई फायदा नहीं, हुण मर जाणा ही चंगा। देखो सराफे तो आप है ही हैं गुरु साहब जी, तो हुण ढिल ना करो, इन्हां नूं माता जीआं कोल पहुँचण ही नहीं देना। आप तो इन्ने हुशियार हुंदे सिख, ऐ छाल मार के घोड़ा टप जाते, बंदा टप जाते सकेंड च। वो जे साजो समान सरवारा सूरा कर नहीं डे जो तो विच वड़ के फौज दे वड़ वड़ सुट्टण, दुई बली जंग छिड़ पिया। उधर गुरु साहब अगे जा रहे ता सिख जिहड़े सी उन्होंने बेनती की, तेज घोड़ा किया, सच्चे पातशाह रुको सारे नाल। हजारा सैकड़े सिख 2200 ते ओही घोड़ सवार सन, महाराज पिछे माता जी ते हल्ला बोलता मुगलां दी फौज ने। गुरु जी कहिंदे कोई गल नहीं, वड्डे गुरु साहिब दा बचन है तुसीं युद्ध नहीं करना। हुण की करन, उधर गोली चल रही है, लड़ाई हो रही है, पतन की हो जाना है। एक होर सिख आ गया, गरीब नवाज कुछ करो कृपा। माता जी ने आप जी के साहबजादे छोटे छोटे उतना लड़ना भी कोई नहीं जानते, भोलियां भोलियां दासियां नाल सेवादार तो बहुत वड्डी गल काम हो जाएगा, गल बर्दाश्त तो परे हो जाएगा, कृपा करो। आप गुरु हरगोबिंद महाराज की जगह हो, एक ही ती चला दो, लभना ही नहीं 7000 गया किधर किधर। गुरु जी कहते है तो ठीक है, कोई तीर इन वास्ते बहुत है, पर बचन है गुरु महाराज का। भाई जदों देखिया भी इन्नी गोली चल रही है, आवाज आ रही है, कितने जी गल ना हो, साहबजादे छोटे छोटे ने, महाराज ने तीर कढ़िया तंच बन ते रखिया, खिंचण लगे फिर रहन दिता। कहिंदे रहन दे, जिन्हां दा बचन है ना वो ही राखी करनगे, छड्डो पर नहीं चलाउंदे। वो कहिंदे सन युद्ध नहीं करना, एक त्री चलाता 500 चलाता, युद्ध तो युद्ध ही है ना, एक दा भी है छोटा युद्ध मन्या जाए। उधर हुण आवाज बंद हो गई गोलियां दी, ढालां दी, नेजियां दी, शांति। एक सिख ने आके दस्या, सच्चे पातशाह भाई गौरे दे सैकड़े सिख शहीद हो गए, 500 जवान, फौज मर गई सारी, इक्का दुक्का बच्चे बच गए। अच्छा कहिंदे फिर गरीब नवाज भाई गौरा लौ नाल लथ पथ होया, सट्टां बड़ियां वज्जियां, अगे हो के लड़दा रहा। गुरु जी कहिंदे उन्हें सिर धड़दी ला दित्ती, तदे ही इहों कहिंदे ने, गुरां नूं मना लईए तन मन तन, गुरां नूं मना लईए तन मन तन देके, तन मन तन देके,
सिख बड़ी तेजी नाल गया गौरे गुरु साहब याद करते खुशी जी रोई कहता है महाराज जी सद्या जो गुरु साहब कहते मथे ना लगे नाम ना लिया जाए पर जख्मी है अच्छा कहते गुरु साहब गरीब नवाज बेनती करनी मैं लो दे लिबड़े हुए बस्तर थोड़े बदल लवा हुणे आ दूजा सुना आ गया देर हो रही है असि खड़े हाँ गुरु जी उत्थे खड़े रहने कोई छोटी गल है खंडा ब्रह्मणा दे मालक महाराज कहते जिवें दा है उन्हें कहा इवें आ जाए बस असि अगे जाना हुण जिवें दा है सी ना लिबड़िया तिबड़िया जा वह भाजी उठा जा के महाराज के चरणों ते टै पिया लिट पिया रोई जांदा गुरु साहब ने फड़ के जफ्फी च लै लिया सिख कहते महाराज लहू लगा ये कपड़े कहते कोई गल नहीं सब माफ कहते गौरिया वड्डी गलती की सी साडे सिख ते वार किया वड्डी गलती अच्छा हुण तू कुत्ता नहीं बनेगा बिल्ला नहीं बनेगा गदा नहीं बनेगा खोता नहीं बनेगा जिवें कहते हुण दूजे बने चल पै चरण फल ले भाई गौरे महाराज एक बचन रहन दो बस जिहड़ा तुसी कहा सी ना वक्ते खीर फाए लग के मरेंगा गौरिया ये बचन रहन दो बस बाकी माफ कर दिते सौ गुरु जी कहिंदे क्यों रहन दईए सच्चे पातशाह जदों मैं दुनिया तो जावां फाए लग के मरा मैनू ये पता रहे मैं वो सिख हाँ जिन्हें गलती की सी मैं सिख गुरु का सिख मारिया सी भाई जस्सा गल का जवाब गोली च दिता सी ये मर लग्या भी मैनू याद रहे ये बचन रहन दो बाकी बख्श दो ठीक है सैकड़े छित सिख शहीद करवा के युद्ध जित के कहा सी ना गुरु महाराज ने कोई आएगा ही नहीं चढ़ के गुरु महाराज जे आएगा राह च मारिया जाएगा तो मारेगा इक्का दुखी बचा हो पच पुज गए किन्नी फौज चढ़ के आई सी तो गुरु साहब जी कहते अच्छा कहते एक बचन रहन देने फिर एक बचन साडा भी महाराज जिन्नी मर्जी करो आप जी कहते जदों वक्त खीर फाए लग के मरेंगा तो लैन भी आवेंगे चंगा सो गुरु महाराज आप जो विचारा कीतिया ने थोड़े इनू आप खुलासा करिए तो गल तो मुकदी नहीं फिर गौरा नाल जो जख्मी सिख मलम पट्टियां जड़े शहीद हो गए उन्होंने संस्कार गुरु साहब अगे करतारपुर साहब आ गए संगत ऐन जाइए जिमें हड़ का पानी आता है बाबा धीरमल सुधर गया ये गल् बड़िया जी करता हूँ सी गुरु घर चिट्ठी पाई है भाई महाराज सच अच्छा इन्हें चिट्ठी पाती इन्नी संगत आई दीवान सज गया कथा विचार हो रही ने हजारा संगत बैठी गुरु चरणा में इं दर्शन करते जिमें हजारा चकोर एक चंद्रमा देखते हो निहाल हो रहे तन मन हुए निहाल जंग गुर देखा सामने माई चरण गुर मीठे वड्डे पाग देव है परमेश्वर कोटफला दर्शन गुर डिठे उत्थे एक ब्राह्मण आ गया उहदा इक्को एक लड़का वह मृत्यु हो गया उन लैन दा चुके जोड़ियां च रखी उहदी लाश रोई जान दो महाराज कृपा करो जिंदा कर दो गुरु नानक जी ने ऐं कीता महाराज कहिंदे गल सुनो भाई ध्यान नाल साडे पिता बाबा गुरदित्ता जी ने गाई जीवन दी कीती पहाड़ियां दी तो गुरु साहब थोड़े नाराजगी जाहिर कीती भाव गुरु हरगोबिंद महाराज ने ये छोटियां तो शिक्षा नहीं मिली पिता जी ने सिरे छड़ना पिया इत्थे बस नहीं साडे चाचा जी बाबा टल राय गुरु साहब कह रहे वो महाराज के चाचा जी सन तो उत्थे श्री अंबरसर बच्चों नाल खेडदे सी खिदो खुंडी खेडदे खेडदे मीटी दाई बड़े हार जित सुनियारा दा मुंडा मोहन सी उहदे सिर रह गई कहिंदे गल सुन भाई कल टाइम नाल आयो खेडियो नाले हुंटे दिओ चुके अच्छा बाबा जी आवांगे उसनूं सप डस गया वो आया नहीं चाचा जी कहिंदे नहीं बाबा टल जी महाराज आया नहीं मोहन बाबा जी उह तां मर गया
गल च खूंडी पाई चाचा जी ने जीवदा कर दिता। तो सात संगत जी साढ़े दादा जी गुरु हरगोबिंद महाराज जी कहते टल जी ये जमना मरना हुक्म है परमेश्वर का, जमना मरना हुक्म है भाने आवे जाए। तो ये हुण तुसीं इस तरह रब दे शरीक बन जाओ, मरी जाणगे तुहाडे दरवाजे ते सिटी जाणगे जिंदे करी जाए। अच्छा पिता जी भुल हो गई अगों नहीं होएगी। तो जिथे अजकल टल साहब है उत्थे चाचा जी ने खुंडी ऐसा ते महाराज सुना रहे ने संगत नूं, चाचा जी ने खुंडी रखी अपने शीश दे थले ते सचखंड चले गए। साढ़े दादा जी गुरु हरगोबिंद महाराज ने बड़े बचन दिते, संगतां वराग भी किया भी है छोटी जी उम्र, गुरु जी कहते भाई इस तरह होना सी। इस करके ये मुर्दे जिंदे करने गुरु घर ठीक नहीं, जेड़े होए ने वो रजा सी परमेश्वर की, इस तरह हुक्म हो गया। हूँ अज ये है कल कोई होर लिया के रख देना, तो इस तरह नहीं है भाई भाणा मनो। सो सखा सिख बंधव है भाई जे गुर के भाणे विच आवै अपने भाणे जो चलै भाई सो विछड़ चोटा खावै। वो इन्ना रो रहे ने दोवें जी इन्ना रो रहे ने, संगत जो आवाज आ रही गरीब नवाज कृपा करो जिंदा कर दो मेहर कर। जो तो ज्यादा ही कहा सतगुरु कहते सात संग जी ऐं करो कोई परपकारी सिख अपने स्वास दे दो ना, फिर तां उधर थोड़ी देर च ही वो मुंडा जिंदा हो गया। वो बड़े खुश महाराज चरणा ते मत्था टका, महाराज चार्ज फिरे देखण सिख कहते महाराज कोई याद करना सिख दसो काम। कहते कोई साडा सिख साडा बेटा चढ़ाई कर गया, देखो कौन है नहीं इतने संगत विच सारे हाजिर ने। गरीब नवाज भाई जीवा जी गौरे दा छोटा भरा ओ दूर चादर लेके पिया शरीर छट गया। अच्छा तदे ये जिंदा होया, श्वास दे बदले श्वास देने पे उम्र देनी पई। गुरु जी कहिंदे अच्छा इहदा विआह है। हाँ महाराज थोड़ा चिर होया विआह, बच्चे का जन्म होने वाला। अच्छा कहिंदे चंगा, तो कन्या ने आ मत्था टेकिया गुरु साहिब। गुरु जी कहिंदे बेटा गल इस तरह है जो तुहाडे काका आएगा इहदा नाम असीं संत राम रखते हैं, फिर ये पुत्र फिर उन्होंने 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 पुत्र लैन ही ला दी। अज 12-14 पिंड ने बठिंडे जिले च इन्हों की अंसा पुत्र ही पुत्र पुत्र ही पुत्र मीह पा दिता। गुरु जी कहते कि परपकार किया, अपनी जान ही दे देनी दूसरे के बदले विच, होर की हो सकता। आम तो पैसे मत्था टेक देने, सोना महाराज दे देना, चांदी दे देनी, जमीन दे देनी, ये तो छोटी गल है। सिर ही दे देना जिवें पंज प्यारे ने दिता सी दस महाराज टाइम, जाए भाई जीवा गौरे का छोटा भरा अपनी जान ही दे देती। हे गुरु नानक साहब सतवीं पातशाही मैं अपनी उम्र इनू दिना, ये ब्राह्मण का बच्चा जिंदा हो जाए मैं जाने वास्ते तैयार हूँ। तो गुरु जी ने एवें नहीं सी इन्ने बचन दिते, भाई साहब भाई गुरदास जी लिखते ने संत भगत गुरसिख है, कहते इन्हों वाल देखो किन्ने किन्ने परपकार, नहीं तो माड़ी जी गल फट ताना मिणा मार देंदे। मैं तेन मैं उदो किया की मेरा सवार है तू भाई, तो कित गुरुआ ने कित ऐसे सच्चे पातशाह ने गुरु ग्रंथ साहब जी कहते लामा मैं काहू ना दीन, कि गुरु ग्रंथ साहब ने लामा दिता, कि गुरु नानक ने दिता, कि गुरु गोबिंद सिंह ने दिता, भी थोड़ी कौम ही रख ली मरजना सी सारिया ने, तुम ए कदे कहा गुरु जी ने कदे भी कुछ नहीं, कोई कविता ही पुठी सीधी बना ले तो पता नहीं मैनू पता। ਸਾਡੇ ਗੁਰੂਆਂ ਨੇ ਕੋਈ ਤਾਨਾ ਮੀਣਾ ਸਾਨੂੰ ਨਹੀਂ ਮਾਰਿਆ ਕਿ ਤੁਹਾਡੇ ਤੇ ਐ ਸਿੱਖੋ ਕਰ ਦਿੱਤਾ ਐ ਕਰ ਦਿੱਤਾ ਐ ਕਰਤਾ। ਉਹ ਤਾਂ ਸੁਭਾਅ ਹੈ, ਬਰਫ਼ ਜਿੱਥੇ ਰੱਖੋ ਠੰਡੀ, ਉਹਨੇ ਕਹਿਣਾ ਮੈਂ ਠੰਡ ਦਿੱਤੀ।
आ सूरज ने कदे इन्नी रोशनी दिती, मैं तो मेरा आ किता हवा कदे की है अग निकी है। इस तरह गुरमुख लोग जड़े ने भगत लोग ने कदे ता ना मिना नहीं मार दे कि मैं तुहाडे ते आप परपकार कीता, तुसी दे बदले विच मैनू दिता ही कख नहीं, मैं तुहाडा आ भी किता भी किता। न्याणियां वाली गल झट लड़ पैंदे, ओहो जदों तेरे कोल फीस भी नहीं सी मैं 20 रुपये दिते सी, हैं तेनूं नेकी भुल गई मेरी, जो भुखे मरते होंगे सू आ दिता बंदा है ना झट उछल पैंदा। कदे रब ने कहा इन्ना तो सब रब ने दिता, मैं तुम धरती दिती शरीर दिता, जे रब का ना बिलकुल नहीं जे लेंदे। साढ़े गुरु साहब कहते मैं रोजी उन्होंने भी देना, भुखे भी नहीं मरते, अके तकना हर पाल दा अके तकना भी रोजी महाराज दे रहे, जेडे बिलकुल पापी ने भी खा के सौंदे ने रब थां मारे है जी। वो तुम मनुख जन्म दिता वो तुम किरत करो मेरा ना ही नहीं लै रहे, कि रब ने ताना मेना मारिया। ये बंदे का सवा है निका जा किसी का भला कर दे, बस एक दिया सुनाओ भी। पर सिख धन ने तदे भाई गुरदास जी ने लिख दिता है परपकारी जी गुरु प्यारे गुरु प्यारा, परपकारी जी गुरु प्यारा गुरु प्यारा, परपकारी जी गुरु प्यारा गुरु प्यारा, सारे उपकारी जी गुरु प्यारा गुरु प्यारा। परोपकारी जी गुरु प्यारे गुरु प्यारे, परोपकारी जी गुरु प्यारे गुरु प्यारे, भगत गुरसिख है परपकारी जग तारन आए, भला ही भला भला ही भला भला ही भला। पर हुंदा पता सतसंग जी की है, आपना दे चूरी पर पानी, किसे नू पानी दा गिलास भी पियाउण वास्ते तैयार नहीं, ते निंदे जे गंगा कहते फकीर तो बंदा कोई है वादू टाइम च मर गया तपस्या करके गंगा लिया रोड़ी जाती दुनिया। निंदा उन्हां दी जिन्हें गंगा चला दिती, आप इन्ना नहीं भी घुट पानी किसी नूं पिया दे, जिन्हां ने वड्डे वड्डे सड़कां ते रस्तियां च जंगलां च लंगर ला छड़े पानी पिया छड़े दुनिया नूं, कहिंदे बंदे ने वेलण ये आप कख भी नहीं किया, आप ना दे चूरी भर पानी, यह माड़ा जहाँ कि पानी पिया छड़िया हो कि रोटी किसी भुखे दे देती हो, जिमें कविता सुना किसी भुखे न रजाई तो दस खां परपकार किया भला किन्ना किया। फैज उर्दू च कहते जो जमया किन्ना भला कर दिता किसी का, किन्ने कि गुरु वाले बन गए, किन्नक अमृत छक लिया, किन्नक पाठ सिखा दिता, किन्ने के गुरु ग्रंथ साहब ने जोड़ दिते, किन्ने के लंगर ला दिते, किन्ने के रस्ते ठीक कर दिते, किन्नी क सेवा कर दिती, जो दुनिया भले कख भी नहीं, फलाना भी नहीं चंगा फलाना भी नहीं चंगा, दसो फिर चंगा किड़ा भाई ओदे वाल चले जाने फिर चंगा किड़ा। तिसके पाने कोई ना पुड़ला जिन सगलो ब्रह्म पछाता, गुरसिख संत भगत उन्हां दी दृष्टि बड़ी उच्ची होंदी बहुत उच्ची, एक चम दृष्टि है फलाना ए जग वो नीवा वो उच्चा वो काला वो चिट्टा, एक सम दृष्टि है इको जे सारे, सरबत दा भला मंगना अंदरों ही अरदास करना, बस एक हुंदा उत्तों उत्तों महाराज फलाने दा ककना रे बाकी सब दा भला लगदी होनी पाई,
करता सब किस जानदा परमेश्वर पता है। इस तरह बड़ी उच्ची दृष्टि संत भगत गुरसिख है, तीन ने भगत भी ने संत गुरसिख परोपकारी जगतार नाय भला ही भला भला ही भला जिस तरह भी हो सके। अपने नेड़े इत्थे नवरिया संत महाराज जी रहिंदे हुंदे सी ना, तां मैं कई वारी जाणा दो दो ट्रैक्टर कहिंदे जाओ पैलियां वाह के आओ कणकां बीजणियां, कईआं दे ट्रैक्टर नहीं सी हुंदे, मिंडरस नहीं किसी का दसदा, हुण तां बड़े ट्रैक्टर ने, उदों ठीक ही सी काम। कई वारी कल दिन जाओ तां पता करके आओ तेल भी चाहीदा होणा, कणक भी लै जाओ खाद भी लै जाओ, एक पासिओं नहीं भला कीता जिधरों भी हो सके। पर उन्होंने बुरा सोचने वाले कसर छड़ी, तो सारे ने पता कसर छड़ी किसी ने अत चुकी हुई सी लोगों ने। तो इस तरह वो सुभा होंगे, एक कथा होंगी पुराणा च सुखदेव मुनि जी सी, ते वो तुरे जाते तो उन्हें दरिया में टूआ वह बाहर क्ढन, वो फिर डंग मारे वो डिग जो बाहर क्ढन सुखदेव मुनि, फिर पुराणा च आँदी कथा जिन्हों ठारवें पुराण कह देंगे। तो उदा का जोड़ा शिष्य जी नाल कहते स्वामी जी पांच छे बारियाँ हो गई, ये ठूआ मारदा डंग तुर मरद कि यदा सुभा बेटा यदा सुभा है, अपन गुस्सा कहता ये डंग ये ठूआ कहता जोड़ा डंग ना मारे, आपां कहते फिर इनू कढ़ीए ना, तो एक जी हो गए ना आपां इनू कढ़ना है सुके थां ते रखना, यदा काम है डंग मारना। सवा आप सवार मैं मिलिया सुख फरीदा जे तू मेरा हो रहे सवा, पिछले जन्मां दे कीते हुए कर्म रजोगुणी सवा, चंगा खाना चंगा पौना है वधिया बन ठण के रहना अपना ही हिसाब किताब तुझे वेखना भी ना चाहना, इन कहते रजोग तमोगुणी सवा, सवेर तो लैके शाम तक गाला ही कढ़ी जानी, कई ने घर च इस तरह आखर चुकी हुई है, शांति कित है ही नहीं, ना जीना ना जीण देना। जो वे भाजी आते हैं भी वह सुना साखी, मैं तो कदम सुनाई नहीं, कहते एक पिंड गए तो उत्थे ना बैठे थे न्याणे बीबिया नूहां तीया, तो बहरों बापू आ गया सारे अंदर वड़ गए, कहते बापा आ गया बापू आ गया, बघियाड़ आ गया बापू आ गया, थोड़ा अंदर वड़ के डर गए खा च लिया, इन्ना फरियर को लोग डरन जिन्हें पापे को डर, पता भी इन्हें छड़ना ही गल ही और तरह की करनी। सुभा तीसरा है सतोगुणी, पता ही नहीं कोई सीस ही देनी है, बारों वेख लिया हों न्याणे भज भज के क्यों जाते, बापू जी पापा जी डैडी जी चाचा जी वीर जी पा जी, पता है ना इन्हें ओह जहा नहीं बोलना, ये शांति वाली गल करनी है। सुभा तो ये अपनी कर्तव्य बंदा जिहो जिहा सुभा उन्हें हौली हौली बदले, तमोगुणी सुभा वाला खुश बड़ी छेता छेती, तो नाराज भी बड़ी छेती होता, नहीं की जी गल दुआने ते लड़ पू सैकड़े की गल छोड़ो दुआनी ते पुआड़ा पा के बह जाओ। सुभा चंडीगढ़ मैं कुछ ही करा बू मैं कि टेप भरी है, कोई बेन अंगल दुआन से सानू इस वन में संत महाराज जी आ रतवाड़ा साहब आप जी कहते सतसंग जी उत्थे मैं गया चंडीगढ़ भोगते तो जो भोग पिया तेरा की लड़ पे, तो एक ने तपला मारिया वो सिर च तो उन्हें दूजे वाजे चुक के मार दिता, तुम सुने होने जे सुग में गए थे बेन महापुरुष का से उन्हें दूजे ने दूजा होंगे ना नाल दूजे वाजे वाला उन्हें वो वाजा वो सिर च मारिया, वो अफड़ा दफड़ी पै गई संगत ने फड़ लिया मारी ना जान, गल से दो रुपये की कहते फिर मेरे ते फैसला है, मैं क्या भाई इन्होंने सुभा है कोई गल नहीं, इन्हों का सुभा है इन्हें को डंडा होंगे इन्हें घट कहते वाजे ही नहीं हाथ च, ये बंदे का सुभा है सुभा अपना अपना, ये तमोगुणी सुभा लड़ाई झगड़े पसाद रब का ना नहीं लैना। सतोगुणी सुभा वाहेगुरु सतनाम वाहेगुरु पाठ करना गुरुद्वारे जाना किड्डी शांति, कोई गल करनी प्यार ना समझा देना। रजोगुणी सुभा मैं ही मैं दूजा नहीं दिसना चाहिए बस राजतम सत भी इन कह बंदे वरतते हैं सुभा, ठीक है बहर भी है शक्तियां ब्रह्मा शिव जी विष्णु
ਰਜੋਗੁਣੀ ਤਮੋਗੁਣੀ ਸਤੋਗੁਣੀ ਬੰਦੇ ਦੇ ਵਿੱਚ ਵੀ ਨੇ ਸਲਾਹ। ਉਹ ਫਿਰ ਜਦੋਂ ਨਾ ਕਮਲੇ ਕਿੱਥੋਂ ਜਾਪਣ ਗੱਲਾਂ ਕਰਦੇ ਸਜਾਪਣ ਵੀ ਸਵਾਹ ਕੀ ਹੋ ਜਾ ਉਹਦੇ ਤੋਂ ਪਤਾ ਲੱਗ ਜਾਂਦਾ। ਫਰੀਦ ਮਹਾਰਾਜ ਜੀ ਕਹਿੰਦੇ ਨੇ ਇਹ ਇਨਸਾਨ ਆਪਣੇ ਸਵਾਹ ਨੂੰ ਬਦਲ ਤੇਰੀ ਜ਼ਿੰਦਗੀ ਬਦਲ ਜਾਏਗੀ, ਜ਼ਿੰਦਗੀ ਬਦਲ ਜਾਏਗੀ। ਬੜੇ ਸਾਲ ਹੋ ਗਏ ਬਟਾਲੇ ਇੱਕ ਬੰਦਾ ਸੀ ਦੁਕਾਨਦਾਰ, ਉਹਦਾ ਸੁਭਾਅ ਬੜਾ ਇਹ ਜਿਹਾ ਪੁੱਠਾ ਹੀ, ਅਤੇ ਹੁਣ ਤਾਂ ਮੈਨੂੰ ਪਤਾ ਨਹੀਂ ਇਹ ਬੜੀ ਪੁਰਾਣੀ ਗੱਲ ਹੈ 60-62 ਦੀ, ਉਹਨੇ ਉੱਤੇ ਲਿਖੀਆਂ ਸੀ ਚਾਰ ਲੈਣਾ ਇਹ ਦੁਨੀਆਂ ਦੇ ਲੋਕੋ, ਜਿਵੇਂ ਲਿਖਿਆ ਸੀ ਪੰਜਾਬੀ 'ਚ ਮੈਂ ਉਵੇਂ ਦੱਸਣਾ, ਜ਼ਿਲ੍ਹਾ ਗੁਰਦਾਸਪੁਰ, ਆਪਣੇ ਸੁਭਾਅ ਬਦਲੋ, ਗੁੱਸਾ ਨਹੀਂ ਕਰੀਦਾ। ਮੈਂ ਗੁੱਸੇ ਵਿੱਚ ਆ ਕੇ ਆਪਣੀ ਘਰਦੀ ਨੂੰ ਮਾਰ ਦਿੱਤਾ, ਤੋ ਜੇਲ੍ਹਾਂ ਵੀ ਕੱਟ ਕੇ ਆਇਆ 20 ਸਾਲ, ਅਤੇ ਘਰ ਵੀ ਬਰਬਾਦ ਹੋ ਗਿਆ, ਦੁਕਾਨ ਵੀ ਗਈ, ਅਤੇ ਮੇਰਾ ਸਤਿਆਨਾਸ ਵੀ ਹੋ ਗਿਆ। ਸੁਭਾਅ ਆਪ ਸਵਾਰੇ ਮੈਂ ਮਿਲੇ, ਸੁਭਾਅ ਜਿਹੜਾ ਹੈ ਨਾ ਬੰਦੇ ਦਾ ਇਹ ਥੋੜ੍ਹਾ ਜਿਹਾ ਬਦਲੇ। ਹੁਣ ਇੱਥੇ ਇਹ ਸਵਾਲ ਹੈ ਵੀ ਬਦਲੀਏ ਕਿਵੇਂ, ਪਾਠ ਕਰੋ ਸਵੇਰੇ ਉੱਠ ਕੇ 3 ਵਜੇ ਨਾ ਧੋ ਕੇ ਬਾਣੀ ਪੜ੍ਹੋ ਬੋਲ ਕੇ, ਆਦਗੁਰ ਨਵੇਂ ਜਗਾਦਗੁਰ ਨਵੇਂ ਸਤਿਗੁਰੇ ਨਵੇਂ ਗੁਰੂ ਦੇ ਸੁਖਮਨੀ ਸਾਹਿਬ ਜਪਜੀ ਸਾਹਿਬ 5 ਬਾਣੀਆਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਐਂ 2-2.5 ਸਾਲ ਕਰਕੇ ਦੇਖ ਲਓ ਸਵਾਹ ਰਹਿ ਹੀ ਨਹੀਂ ਜਾਏਗਾ। ਇੱਕ ਬੋਲ ਖਪਤੋ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਇੱਕ ਬੋਲ ਖਪਤੋ ਨਹੀਂ। ਹੁਣ ਸਾਧ ਸੰਗਤ ਸੀਤ ਲਈ ਕਹਿੰਦੇ ਗੁਰੂ ਸਾਹਿਬ ਕਹਿੰਦੇ ਉਹ ਬੰਦਾ ਇੱਕ ਗੱਲ, ਉਹ ਜਿਵੇਂ ਗੌਰੇ ਨੂੰ ਕਹੀ ਸੀ ਨਾ ਉਹਨੇ ਗੋਲੀ ਚਲਾਤੀ ਜੱਸੇ ਤੇ, ਹੁਣੇ ਸੁਣਿਆ ਤੁਸੀਂ, ਇੱਕ ਬੋਲ ਖਪਤੋ ਨਹੀਂ ਗੁਰਬਾਣੀ ਦੇ ਬਚਨ ਨਹੀਂ। ਹੁਣ ਸਾਧ ਸੰਗਤ ਸੀਤ ਲਈ, ਹੁਣ ਕਹਿੰਦੇ ਸੰਗਤ ਵਿੱਚ ਆਉਂਦਾ ਪਾਠ ਕਰਦਾ ਬਾਣੀ ਪੜ੍ਹਦਾ, ਇੰਨੀ ਸ਼ਾਂਤੀ ਹੈ ਵੀ ਅੱਗ ਲਾਇਆ ਵੀ ਨਹੀਂ ਲੱਗਦੀ। ਇਹ ਨਹੀਂ ਵੀ ਉਹਨੂੰ ਲਾਉਣੀ ਨਹੀਂ ਆਉਂਦੀ, ਉਹਨੂੰ ਪਤਾ ਨਹੀਂ ਹੈ, ਪਰ ਸ਼ਾਂਤੀ ਇੰਨੀ ਹੈ ਸਿਮਰਨ ਕਰ ਕਰਕੇ, ਬੰਦਗੀ ਕਰ ਕਰਕੇ। ਪਰ ਉਹ ਸ਼ਾਂਤੀ ਵਾਲਾ ਜੇ ਜੋਸ਼ ਵਿੱਚ ਬਦਲ ਜਾਏ, ਲੱਖਾਂ ਤੋਂ ਇੱਕ ਅੱਗੇ ਬਲਵਾਨ ਨਿਕਲਿਆ ਇਤਿਹਾਸ ਗਵਾਹ ਹੈ, ਉਹ ਗੱਲ ਵੱਖਰੀ ਹੈ। ਇਸ ਜੱਗ ਵਿੱਚ ਜਿਉਂਦੇ 3 ਇਨਸਾਨ, ਜਿਨ ਕੀ ਮਹਿਮਾ ਬੜੀ ਮਹਾਨ, ਪਹਿਲੇ ਜਿਉਂਦੇ ਹਰੀ ਕੇ ਦਾਸ, ਦੂਸਰੇ ਦਾਨੀ ਹੈ ਗੁਣਤਾਸ, ਤੀਸਰੇ ਜਿਉਂਦੇ ਹੈਣ ਉਹ ਜੋਧੇ, ਜ਼ਾਲਮ ਦੁਸ਼ਟ ਜਿਨ੍ਹਾਂ ਨੇ ਸੋਧੇ। ਉਹ ਫਿਰ ਬੜੀ ਵੱਡੀ ਗੱਲ ਹੈ। ਤੂੰ ਜਿਹੜਾ ਸ਼ਾਂਤੀ ਸਿਮਰਨ ਬਾਣੀ ਪੜ੍ਹ ਪੜ੍ਹ ਕੇ, ਪਾਠ ਕਰ ਕਰਕੇ, ਗੁਰੂ ਘਰ ਜਾ ਜਾ ਕੇ, ਹੁਕਮਨਾਮਾ ਸੁਣ ਸੁਣ ਕੇ, ਉਹਨੂੰ ਮੰਨ ਕੇ ਸੁਣਦੇ ਤਾਂ ਆਪਾਂ ਜੇ ਰੋਜ਼ ਦੀ ਸੰਗਰਾਂਦ ਨੂੰ ਸੁਣ ਹੀ ਲੈਂਦੇ, ਸੁਣਾਇਓ ਭਾਈ ਜੀ ਹੁਕਮਨਾਮਾ, ਕਿਤੇ ਮੰਨਿਆ ਵੀ ਹੈ ਹੁਕਮ। ਜਦੋਂ ਸਿੱਖ ਮੰਨ ਲਏਗਾ ਨਾ ਗੁਰੂ ਗ੍ਰੰਥ ਸਾਹਿਬ ਦਾ, ਕਿਹੜਾ ਹੁਕਮਨਾਮਾ ਜਿਹਦੇ ਜੇ ਦੱਸਿਆ ਵੀ ਨਾਮ ਨਾ ਜਪੋ, ਅਤੇ ਕਿਹੜਾ ਹੁਕਮਨਾਮਾ ਜਿਹਦੇ ਦੱਸਿਆ ਵੀ ਗੁਰੂ ਵਾਲੇ ਨਾ ਬਣੋ। ਚਲੋ 2 ਹੀ ਗੱਲਾਂ ਲੈ ਲੈਂਦੇ, ਸੁਣੀ ਜਾਣਗੇ, ਹੋਰ ਸਪੀਕਰ ਦੀ ਆਵਾਜ਼ ਵਧਾ ਦੇ, ਹੁਕਮਨਾਮਾ ਸੁਣਾਈ ਮੈਂ ਘਰੋਂ ਹੀ ਸੁਣ ਲਵਾਂਗਾ, ਮੰਨਣੀ ਮੰਨਣੀ ਕੋਈ ਨਹੀਂ। ਇਹ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸਿੱਖ ਮੰਨ ਲਏਗਾ, ਤਰ ਜਾਏਗਾ ਸਾਧ ਸੰਗਤ, ਇਹਦੀ ਜ਼ਿੰਦਗੀ ਉਹ ਰਹਿ ਹੀ ਨਹੀਂ ਜਾਏਗੀ, ਇਹ ਤਾਂ ਦੇਵਤਾ ਬਣ ਜਾਏਗਾ। ਜਿਨ ਮਾਨਸ ਦੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ, ਕਾਇਆ ਹੀ ਬਦਲ ਜਾਏਗੀ, ਉਹ ਜ਼ਿੰਦਗੀ ਅੰਦਰੋਂ ਬਦਲ ਜਾਏਗੀ, ਇਹ ਜਿਉਂਦਾ ਹੀ ਮੁਕਤ ਹੋ ਜਾਏਗਾ। ਆਉਂਦਾ ਨਾ ਸੇ ਮੁਕਤ, ਸੇ ਮੁਕਤ ਭਏ ਜਿਨਾਰ 'ਤੇ ਆਇਆ ਜੀ, ਇੱਥੇ 2 ਵਾਰੀ ਕਿਹਾ ਸੇ ਮੁਕਤ, ਸਰੀਰ ਵਿੱਚ ਹੁੰਦੇ ਹੋਏ ਮੁਕਤ, ਸਰੀਰ ਛੱਡਿਆ ਫਿਰ ਮੁਕਤ, ਘੜੇ ਵਿੱਚ ਪਾਣੀ ਅਤੇ ਰੱਖ ਦਿੱਤਾ ਸਮੁੰਦਰ 'ਚ, ਇਹ ਕਿਹਦਾ ਪਾਣੀ ਹੈ ਜੀ ਘੜੇ ਦਾ, ਅਤੇ ਆਹ ਇਹ ਸਮੁੰਦਰ ਦਾ, ਹੁਣ ਘੜਾ ਵਿੱਚੋਂ ਕੱਢ ਲਿਆ, ਟੁੱਟ ਗਿਆ, ਉਹ ਨਾ ਕਿਤੋਂ ਗਿਆ ਅਤੇ ਨਾ ਕਿਤੇ ਆਇਆ। ਸੇ ਮੁਕਤ ਭਏ ਜਿਨ ਹਾਰ 'ਤੇ ਆਇਆ ਜੀ, ਤਿੰਨ ਟੁੱਟੀ ਜਮਕੀ ਫਸ, ਜਿਹਨਾਂ ਉਸ ਨਰਪਾਉ ਦਾ ਜਾਪ ਕੀਤਾ, ਸਿਮਰਨ ਕੀਤਾ, ਰੋਜ਼ ਚਾੜ ਕਰੀਆਂ, ਸਵੇਰੇ ਨਾਮ ਜਪਿਆ। ਆਉਣ ਵਾਲੀ ਦੀਵਾਨਾਂ ਬਾਰੇ ਮੈਂ ਬੇਨਤੀ ਕਰਾਂ, ਕੱਲ੍ਹ ਤੋਂ ਨਾਨਕ ਨਾਮ ਬਰਾਈ ਸਾਰੀ ਤਹਿਸੀਲ ਵੱਲੋਂ ਪੂਰਨਪੁਰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ, ਧੰਨ ਹੈ ਧੰਨ ਹੈ ਧੰਨ।
ਤਨ ਹੈ ਤਨ 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 ਜੀ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਤਨ ਹੈ ਤਨ ਹੈ ਤਨ ਹੈ ਸ੍ਰੀ ਹਰਿਕ੍ਰਿਸ਼ਨ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠਾਕਰ ਤੁਮ ਸਗਲ ਸਮੱਗਰੀ ਤੁਮਰੇ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੇ ਜੀਉ ਪਿੰਡ ਸਭ ਕਹੋ ਨਾਨਕ ਸਭ ਤਿੰਨ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕ ਬਿਗਿਨਾ ਕੋ ਲਾਗੇ ਜਾਂ ਕੀ ਪ੍ਰਭ ਅੱਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਵੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਤਰਮਹਿਤ ਸਿਸ ਦਿੱਤੇ ਚਰਖੜੀਆਂ 'ਤੇ ਚੜ੍ਹੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਆਰੇ ਨਾਲ ਤਨ ਚਰਵਾਏ
ਮਾਈਆਂ ਨੇ ਸਵਾ ਸਵਾ ਮਣ ਪੀਸਣੇ ਪੀਸੇ, ਬੱਚਿਆਂ ਦੇ ਟੁਕੜੇ ਕਰਵਾ, ਗਲਾਂ ਚ ਹਾਰ ਪਵਾਏ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਸਭੋਂ ਖਾਲਸਾ ਜੀ ਕੀ ਅਰਦਾਸ, ਸਭੋਂ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ, ਦੇਖ ਤੇਗ ਫਤਿਹ ਬਿਰਧ ਕੀ ਪੈਜ ਰਹੇ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ, ਬਖਸ਼ਣਾ ਜੀ ਗੁਰਸੇਵਕਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ ਧਰਮਕਾ ਜੈਕਾਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ 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 ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀਆਂ ਬੇਅੰਤ 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 ਰਹਿਮਤਾਂ ਬਰਸੀਆਂ ਹਨ। ਆਪ ਜੀ ਦਰ ਕਰਦੇ ਪ੍ਰੀਤਵਾਨ ਸਰਦਾਰ ਰਜਵੰਤ ਸਿੰਘ ਜੀ ਗੁਰਸੇਵਕ ਪਰਿਵਾਰ ਨੇ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਬੇਅੰਤਾਂ ਦੇ ਸ਼ੁਕਰਾਨੇ ਵਜੋਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ, ਸਰਬੱਤ ਦੇ ਭੁੱਲੇ ਦੀ ਅਰਦਾਸ, ਗੁਰਸੇਵਕਾਂ ਦੀ ਆਪ ਜੀ ਦੇ ਚਰਨਾਂ ਵਿੱਚ ਪਰਿਵਾਰ ਵਾਸਤੇ ਸਿੱਖੀ ਦੀ ਦਾਤ, ਨਾਮ ਦੀਆਂ ਦਾਤਾਂ ਦੀ ਮੰਗ ਕਰਦਿਆਂ, ਗੁਰਸੇਵਕ ਆਪ ਜੀ ਦੇ ਚਰਨ ਪਰਸੇ ਹਨ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਦੀਵਾਨ ਦੇ ਅੰਦਰ ਅਰਸ਼ੀ ਗੁਰਬਾਣੀ ਦੇ ਮਨੋਹਰ ਕੀਰਤਨ, ਗੁਰਮਤਿ ਇਤਿਹਾਸਿਕ ਵਿਚਾਰਾਂ ਹੋਈਆਂ ਹਨ ਜੀ, ਸਮਾਪਤੀ ਹੋਈ ਹੈ, ਅੱਖਰਵਾਦ ਕਾਟ ਫੁੱਲ ਚੋਂ ਖਿਮਾ ਕਰਨੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਕੜਾਹ ਪ੍ਰਸਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਹਾਜ਼ਰ ਹਨ, ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਗੁਰੂ ਕੀਆਂ ਦੇਗਾਂ, ਗੁਰੂ ਕੇ ਲੰਗਰ ਅਤੁੱਟ ਵਰਤਨ, ਛਕਦਿਆਂ ਛਕਾਉਂਦਿਆਂ ਨਾਮ ਚਿੱਤ ਆਏ ਜੀ, ਸਰਬੱਤ ਮਾਈ ਭਾਈ ਸਾਧ ਸਿੰਘ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ, ਸਵਾਸ ਸਫਲੇ ਬਣਾਉਣੇ, ਪੜ੍ਹਦੇ ਸੁਣਦੇ ਸਰਬੱਤ ਦਾ ਭਲਾ ਕਰਨਾ ਜੀ, ਆਪ ਜੀ ਦੇ ਪਿਆਰੇ ਗੁਰਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ 'ਚ ਵਾਧੇ, ਆਪ ਜੀ ਦੇ ਚਰਨਾਂ ਦਾ ਪਿਆਰ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਨੂੰ ਤੰਦਰੁਸਤੀਆਂ, ਜੀਵਨ ਵਿੱਚ ਸਫਲਤਾਵਾਂ, ਦੇਸ਼ ਧਰਮ ਦੇ ਸੇਵਾਦਾਰ ਬਣਾਉਣੇ ਜੀ, ਗੁਰਮਤਿ ਰੂਹਾਨੀ ਮਿਸ਼ਨ ਦੇ ਜਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸਮੂਹ ਸੰਗਤ ਵੱਲੋਂ ਅਰਦਾਸ ਹੈ, ਬਾਬਾ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਰੀਰਕ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ, ਸੰਗਤਾਂ ਵਿੱਚ ਕੀਰਤਨ ਦੀ ਸੇਵਾ ਚੜ੍ਹਦੀ ਕਲਾ ਨਾਲ ਕਰਾਉਣੀ, ਹੁਕਮਨਾਵਿਆਂ ਨਾਲ ਨਿਹਾਲ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਏ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹੇ ਰਾਇ ਅੱਗੇ ਆਪਹਿ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਖੋਲ ਸ਼ਬਦ ਮੈਲੇ, ਰਾਜ ਕਰੇਗਾ ਆਕੀ ਰਹੇ ਨ ਕੋਈ ਖੁਆਰ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦ ਵਾਹਿਗੁਰੂ ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
तेरे कवन कवन गुण कह कह गावा, तू साहिब गुणी निधाना, तुमरी महिमा वर्ण न सको, तू ठाकुर ऊच भगवाना। सज्जन सच्चा पातशाह सिर शाहां दा शाह, जिस पास बैठिया सोहिया सबना दा विसाहा। टोडी महला पंजवा, हर बिसरत सदा खुआरी, ताको धोखा कहा व्यापै जाको ओट तुहारी। हर बिसरत सदा खुआरी, ताको धोखा कहा व्यापै जाको ओट तुहारी। रहाओ बिन सिमरन जो जीवन बलना, सर्प जैसे अर जारी। नवखंडन को राज कमावै अंत चले गोहारी। गुण निधान गुण तिन्ही गाए जाको कृपा धारी। सो सुखिया धन उस जन्मा नानक तिस बलहारी। गुण निधान गुण तिन्ही गाए जाको कृपा धारी। सो सुखिया धन उस जन्मा नानक तिस बलहारी। वाहिगुरु जी का खालसा, वाहिगुरु जी की फतेह।